सत श्री अकाल। तुसी देख रहे हो तख्त पंजाब। मैं तुहाडे नाल सुखविंदर सिंह, मेरे नाल उगे सियासी माहर प्रोफेसर मनजीत सिंह मौजूद ने। वड्डियां खबरां उत्ते चर्चा करांगे। स्वागत है तुहाडा प्रोफेसर साहब। बहुत बहुत धन्यवाद जी। शुक्रिया प्रोफेसर साहब। शुरुआत इत्थों के ईडी दी रेड नूं लैके रौला रप्पा काफी पिया होया है कांग्रेस दे विच। बीजेपी ते इल्जाम लाए जा रहे ने ते अगों अरविंद केजरीवाल होरां दा भी ट्वीट सामने आ गया, कहिंदे चन्नी आम आदमी नहीं, चन्नी बेईमान आदमी है। बाकी रही गल पैसे दी, जिहड़ी करोड़ां दे रुपए दी उत्थों बरामदगी हुई है, उहनूं लैके भी सवाल उठ रहे ने कि आखिरकार कांग्रेस इन्ना ज्यादा बचा क्यों कर रही है। चन्नी साहब भी अगे आ गए, हाईकमांड भी अगे आ गई, उत्थों जिन्ने भी सारे कहिंदे कि दलित मुख्यमंत्री नूं निशाना बनाया जा रहा है। इस नूं किदां देखदे हो कि किस ढंग दे नाल की वाकई इहदे पिछे बीजेपी दा हाथ आ? जिस तरीके नाल कहा जा रहा, कहिंदे कि प्रधानमंत्री याद रखियो उहनां दी फेरी नूं इहो जिहा कहिंदे कह के गए ने। रंधावा साहब भी काफी औखे ने, सुखजिंदर रंधावा तुसीं सुणे होणे, उहनां दा भी जिक्र विच करियो। कैप्टन साहब नूं लैके कहिंदे ने कि रेते दा माफिया ही वड्डा हो रहे ने, सरगना ही हो रहे ने। ਹਾਂਜੀ ਸੁਖਵਿੰਦਰ, ਪੰਜਾਬ ਦੇ ਵਿੱਚ ਸਭ ਤੋਂ ਚਰਚਿਤ ਤੇ ਅੱਜ ਦੀ ਖਬਰ ਚਲੀ ਇਸ ਤਰ੍ਹਾਂ ਦੀ ਹੈ ਜਿਹੜੀ ਤੁਸੀਂ ਠੀਕ ਕਿਹਾ। ਇਹਦੇ ਵਿੱਚ ਕਈ ਕਿਸਮ ਦੀ ਰਾਜਨੀਤੀ ਵੀ ਹੋ ਸਕਦੀ ਆ, ਪਰ ਪ੍ਰਧਾਨ ਮੰਤਰੀ ਵਾਲੀ ਫੇਰੀ ਦਾ ਵੀ ਚੱਕਰ ਹੋ ਸਕਦਾ। ਤੇ ਇਹਦੇ 'ਚ ਤੇ ਆਪਾਂ ਨੂੰ ਸਾਫ਼ ਪਤਾ ਆ ਕਿ ਭਾਵੇਂ ਪੁਰਾਣੀਆਂ ਰੂਲਿੰਗ ਪਾਰਟੀਆਂ ਹੋਣ, ਭਾਵੇਂ ਹੁਣ ਵਾਲੀ ਜਿਹੜੀ ਰੂਲਿੰਗ ਪਾਰਟੀਆਂ ਹੈ, ਜਾਂ ਇੰਝ ਕਹਿ ਲਓ ਕਿ ਰੂਲਿੰਗ ਜਮਾਤ ਜਿਹੜੀ ਪੰਜਾਬ ਦੀ, ਜਿਹਨਾਂ ਨੇ ਵੀ ਪੰਜਾਬ 'ਚ ਰਾਜ ਕੀਤਾ ਪਿਛਲੇ 30-35 ਸਾਲਾਂ ਤੋਂ, ਦੇਖਦੇ ਆ ਰਹੇ ਹਾਂ ਕਿ ਹੌਲੀ ਹੌਲੀ ਵਾਧਾ ਵਾਧਾ ਰੇਟ, ਉਹਨਾਂ ਦੀ ਭੁੱਖ ਵਧਦੀ ਵਧਦੀ ਇੰਨੀ ਵੱਧ ਗਈ ਆ ਕਿ ਜਿਵੇਂ ਅੱਧਾ ਆਪਣੇ ਨਾਂ ਹੀ ਕਰਾ ਲਿਆ ਹੋਵੇ। ਜਾਣੀ ਇੰਨੀ ਜ਼ਿਆਦਾ ਧਨ ਦੌਲਤ ਦੇ ਉੱਤੇ ਕਬਜ਼ਾ ਕਰ ਲਿਆ, ਜਾਂ ਉਹਨਾਂ ਦੇ ਕਬਜ਼ੇ ਦੇ ਵਿੱਚ, ਜਾਂ ਉਹਨਾਂ ਦੀ ਮਰਜ਼ੀ ਨਾਲ ਚੱਲਦਾ ਹੋਵੇ। ਤੇ ਇਹ ਜਿਹੜਾ ਨਾ ਮੇਰੀ ਦੀਵਾਨੀ ਪਾਲੀ, ਮੇਰੀ ਜਵਾਨੀ ਪਾਲੀ, ਕਿਸੇ ਵੀ ਬਿਜ਼ਨਸ ਦੇ ਵਿੱਚ ਇੱਧਰ ਨੂੰ ਚੱਲੇ, ਜਾਂ ਜਿਹੜਾ ਜਿੱਥੋਂ ਵੀ ਪੈਸਾ, ਭਾਵੇਂ ਡਰੱਗ ਦਾ ਹੋਵੇ, ਭਾਵੇਂ ਦਾਰੂ ਦਾ ਹੋਵੇ, ਭਾਵੇਂ ਰੇਤਾ ਬਜਰੀ ਦਾ ਹੋਵੇ, ਭਾਵੇਂ ਹੋਰ ਕਿਸੇ ਤਰੀਕੇ ਨਾਲ ਨਿਕਲਦਾ ਹੋਵੇ, ਉਹ ਚੱਕੀ ਤੁਰੇ ਜਾਂਦੇ। ਪੈਸਾ, ਅਨਕਾਊਂਟਡ ਪੈਸਾ ਤੇ ਬਹੁਤ ਜ਼ਿਆਦਾ ਰਾਜਨੀਤਿਕ ਲੋਕਾਂ ਕੋਲ ਹੈ, ਇਹ ਸਾਰਿਆਂ ਨੂੰ ਜੱਗ ਜ਼ਾਹਰ ਹੈ। ਜਦੋਂ ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਦੀ ਰਿਪੋਰਟ ਦੱਸਦੀ ਆ ਕਿ ਚੰਡੀਗੜ੍ਹ ਦੇ ਆਲੇ ਦੁਆਲੇ ਇੱਥੋਂ ਦੇ ਜੱਜਾਂ ਨੇ, ਰਿਟਾਇਰਡ ਜੱਜਾਂ ਨੇ, ਇੱਥੋਂ ਦੇ IPS ਅਫਸਰਾਂ, IAS ਅਫਸਰਾਂ ਤੇ ਪੋਲੀਟੀਸ਼ੀਅਨਾਂ ਨੇ ਮਿਲ ਕੇ ਇੰਨੀ ਜ਼ਮੀਨ ਦੱਬੀ ਕਹਿ ਲਓ, ਸਸਤੇ ਭਾਅ ਨੋਮੀਨਲ ਪ੍ਰਾਈਸਿਸ ਤੇ ਖਰੀਦ ਲਈ, ਕਬਜ਼ਾ ਕਰ ਲਿਆ। ਪਤਾ ਸੀ ਇੱਧਰੋਂ ਆਹ ਬਣਨਾ, ਇੱਧਰੋਂ ਨਵਾਂ ਚੰਡੀਗੜ੍ਹ ਬਣਨਾ, ਇੱਧਰੋਂ ਆਹ ਵਿਕਾਸ ਹੋਣਾ, ਪਤਾ ਤੇ ਹੁੰਦਾ ਹੀ ਆ ਉਹਨਾਂ ਨੂੰ। ਤੇ ਗਰੀਬ ਜ਼ਮੀਂਦਾਰਾਂ ਨੂੰ ਉਜਾੜ ਕੇ ਫਿਰ ਕਬਜ਼ੇ ਪਹਿਲਾਂ ਕਰ ਲੈਂਦੇ। ਸਿੱਧੂ ਹੀ ਇੱਕ ਵਾਰੀ ਆ ਇਸ ਗੱਲ ਦਾ ਦੱਸ ਰਹੇ ਸੀ, ਖੁਲਾਸਾ ਕਰ ਰਹੇ ਸੀ ਕਿ 1.5 ਲੱਖ ਕਰੋੜ ਰੁਪਇਆ ਤੇ ਆ ਮੋਹਾਲੀ ਦੇ ਨੇੜੇ ਨੇੜੇ ਹੀ ਮਿਲ ਸਕਦਾ ਸਰਕਾਰ ਨੂੰ। 1.5 ਲੱਖ ਕਰੋੜ ਥੋੜਾ ਨਹੀਂ, ਜਾਣੀ ਦੋ ਵਾਰੀ ਕਰਜ਼ਾ ਚੜਿਆ ਹੋਵੇ ਕਿਸਾਨਾਂ ਦਾ ਤੇ ਉਤਰ ਸਕਦਾ ਸਾਰੇ ਪੰਜਾਬ ਦਾ, ਸਾਰੇ ਪੰਜਾਬ ਦੇ ਟੋਟਲ ਇੰਨਾ ਜ਼ਿਆਦਾ ਪੈਸਾ ਇਕੱਲੇ ਇੱਥੋਂ ਹੀ ਨਿਕਲ ਸਕਦਾ ਜੇ ਉਹ ਆਪਾਂ ਦੁਬਾਰਾ ਜ਼ਮੀਨ ਜਾਂ ਦੁਬਾਰਾ ਸਰਕਾਰ ਉਹਨੂੰ ਸਹੀ ਤਰੀਕੇ ਨਾਲ ਰਿਕਾਰਡ ਨੂੰ ਲਿਆ ਕੇ ਆਪਣੇ ਹੱਥ 'ਚ ਕਰੇ। ਇੰਨੇ ਜ਼ਿਆਦਾ ਕਬਜ਼ੇ ਹੈਗੇ। ਹੁਣ ਕਿਹਦਾ ਇੱਥੇ, ਕਿਹਨੂੰ ਤੁਸੀਂ ਦੁੱਧ ਧੋਤਾ ਕਹੋਗੇ, ਕਿਹਨੂੰ ਸ਼ਰੀਫ ਕਹੋਗੇ, ਕਿਹਨੂੰ ਸਾਧੂ ਕਹੋਗੇ, ਕਿਹੜਾ ਇਮਾਨਦਾਰ ਕਹੋਗੇ, ਬੜਾ ਔਖਾ ਕਹਿਣਾ। ਪਰ ਸਵਾਲ ਇਹ ਹੈ ਕਿ ਸਾਰਿਆਂ ਦਾ ਜਦੋਂ ਇਸ ਹਮਾਮ 'ਚ ਇੱਕੋ ਜਿਹੇ ਹੈਗੇ ਆ, ਤਾਂ ਕੇਂਦਰ ਸਰਕਾਰ ਉਦੋਂ ਆਪਣੇ ਮੌਕੇ ਦੇ ਉੱਤੇ ਕੋਈ ਨਾ ਕੋਈ ਚਾਬੀ ਮਰੋੜ ਦਿੰਦਾ, ਕੰਨ ਕਿਸੇ ਦਾ ਮਰੋੜ ਦਿੰਦਾ, ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਇਹਨੂੰ ਸੂਤਰ ਕਰਨਾ, ਇਹ ਬੜਾ ਪੂਤਰ ਆ, ਜਾਂ ਇਸ ਬਟਨ ਨੂੰ ਦੱਬਿਆਂ ਕਾਫੀ ਅੱਗੇ ਬਟਨ ਜਾਗਦੇ ਆ, ਬਲਬ ਜਾਗਦੇ ਆ। ਤੇ ਕਿਉਂਕਿ ਬੱਤੀ ਗੋਲਿਆ ਹੁਣ ਕਮਲ ਵਾਲਿਆਂ ਦੀ, ਬੀਜੇਪੀ ਵਾਲਿਆਂ ਦੀ, ਤੇ ਉਹ ਫਿਰ ਬੱਤੀ ਮਰੋੜ ਇੱਧਰ ਬਟਨ ਦੱਬ ਰਹੇ ਆ ਇਹਦਾ, ED ਚੰਨੀ ਦਾ, ਚੰਨੀ ਦੇ ਭਰਾ ਦਾ, ਹੋਰ ਰਿਸ਼ਤੇਦਾਰਾਂ ਦਾ। ਅੱਛਾ, ਇਹਦੇ 'ਚ ਕਈ ਧਿਰਾਂ, ਹੁਣ ਰੰਧਾਵਾ ਸਾਹਿਬ ਬੜਾ ਜਾਣੀ ਗੁੱਸੇ ਦੇ ਵਿੱਚ, ਅੱਗ ਭਬੂਕਾ ਹੋਏ ਹੋਏ ਸੀ, ਮੈਂ ਦੇਖਿਆ ਕਾਫੀ ਗੁੱਸੇ 'ਚ ਬੋਲੇ, ਬੜੀ ਖੜਕਵੀਂ ਆਵਾਜ਼, ਮਾਝੇ ਵਾਲੀ ਆਵਾਜ਼ 'ਚ ਕਹਿ ਰਹੇ ਸੀ ਕਿ ਇਹ ਕੈਪਟਨ ਕਰਵਾ ਰਿਹਾ, ਕੈਪਟਨ ਨੇ ਸਾਰਾ ਕੁਛ ਕੀਤਾ, ਰੇਤਾ ਬਜਰੀ ਦਾ ਸਾਰਿਆਂ ਨੂੰ ਉਹਨਾਂ ਨੂੰ ਪਤਾ ਹੈ, ਸਾਡੇ ਚੀਫ ਮਿਨਿਸਟਰ ਨੂੰ ਤੰਗ ਕਰ ਰਿਹਾ। ਜਾਣੀ ਉਹ ਸਿੱਧਾ ਬੀਜੇਪੀ ਦੇ ਦੋਸ਼ ਲਾਉਣ ਦੀ ਜਗ੍ਹਾ ਕਹਿ ਰਹੇ ਸੀ ਵੀ ਇਹ ਬੀਜੇਪੀ ਜੋ ਵੀ ਕਰ ਰਹੀ ਹੈ ਉਹ ਕੈਪਟਨ ਦੇ ਕਹਿਣ ਤੇ ਕਰ ਰਹੀ ਹੈ ਤੇ ਬਦਲਾ ਲਓ ਕਾਰਵਾਈ ਹੋ ਰਹੀ ਹੈ। ਤੇ ਚੰਨੀ ਸਾਹਿਬ ਕਹਿੰਦੇ ਆ, ਕਿਉਂਕਿ ਮੈਂ ਉਦੋਂ ਥੋੜਾ ਜਿਹਾ ਬੁਰਾ ਭਲਾ ਕਹਿ ਲਓ ਜਾਂ ਆਪਣੇ ਪੰਜਾਬ ਨੂੰ ਡਿਫੈਂਡ ਕੀਤਾ, ਮੈਨੂੰ ਉਹਦਾ
ਇਹ ਸਜ਼ਾ ਮਿਲ ਰਹੀ ਆ ਕਿ ਮੈਂ ਪੰਜਾਬੀ ਹੱਥ ਤੇ ਪੰਜਾਬ ਨੂੰ ਡਿਫੈਂਡ ਕੀਤਾ ਇਹ ਕਹਿ ਕੇ ਕਿ ਸਾਡੇ ਤੇ ਕੋਈ ਇੱਥੇ ਇਹੋ ਜਿਹੀ ਗੱਲ ਹੈ ਨਹੀਂ ਜਿਹੜੀ ਸਾਨੂੰ ਤੁਸੀਂ ਟੈਰਰਿਸਟ ਜਾਂ ਇੰਜ ਸਮਝਦੇ ਤੁਹਾਡੇ ਤੇ ਹਮਲਾ ਕੀਤਾ ਸਾਨੂੰ ਇਸ ਕਿਸਮ ਦਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਦੇ ਉਸ ਫੇਰੀ ਦੇ ਦੌਰਾਨ ਜਦੋਂ ਉਹਨਾਂ ਨੇ ਕਿਹਾ ਕਿ ਸ਼ੁਕਰ ਹੋਇਆ ਮੈਂ ਬਚ ਕੇ ਨਿਕਲਿਆ ਉਹਨਾਂ ਬੜਾ ਤਕੜਾ ਸਟੈਂਡ ਲਿਆ ਇਹਦੇ ਚ ਹੋ ਸਕਦਾ ਕਿ ਦੋਵੇਂ ਬਰਾਬਰ ਬਰਾਬਰ ਚਾਹੁੰਦੇ ਹੋਣ ਬੀਜੇਪੀ ਵੀ ਚਾਹੁੰਦੀ ਹੋਵੇ ਤੇ ਚੰਨੀ ਦੇ ਪਰਿਵਾਰ ਦੀ ਮੰਜੀ ਠੋਕੇ ਸਮਝਦਾ ਕੀ ਆਪਣੇ ਆਪ ਨੂੰ ਕੈਪਟਨ ਨੇ ਪਿੱਛੇ ਤਾੜੀ ਮਾਰਤੀ ਹੋਵੇ ਵੀ ਕੰਮ ਤਕੜਾ ਚੱਕੋ ਕੰਮ ਨੂੰ ਮੇਰੀ ਕੁਰਸੀ ਤੇ ਬੈਠਾ ਉੱਥੇ ਇਹ ਕੌਣ ਹੁੰਦਾ ਮੇਰੀ ਕੁਰਸੀ ਸਾਂਭਣ ਵਾਲਾ ਇਹੋ ਜਿਹਾ ਕੰਮ ਹੋ ਸਕਦਾ ਤੀਸਰੀ ਇੱਕ ਖਬਰ ਹੋਰ ਵੀ ਹੋ ਸਕਦੀ ਹੈ ਵੀ ਨਵਜੋਤ ਸਿੰਘ ਸਿੱਧੂ ਦਾ ਇੱਥੇ ਕੀ ਉਹ ਜਿਹੜਾ ਚੁੱਪ ਰਹਿਣਾ ਇਹਦਾ ਮਤਲਬ ਆ ਕਿ ਇਸ ਐਕਸ਼ਨ ਨੂੰ ਸਪੋਰਟ ਕਰਨਾ ਕੀ ਨਵਜੋਤ ਸਿੰਘ ਸਿੱਧੂ ਚੰਨੀ ਦੇ ਹੱਕ ਵਿੱਚ ਜਾਂ ਜੋ ਰੰਧਾਵਾ ਜੀ ਕਹਿ ਰਹੇ ਉਹਦੇ ਵਾਂਗੂ ਕੁਝ ਲੋਹੇ ਲਾਖੇ ਹੋ ਕੇ ਕੋਈ ਇਹੋ ਜਿਹਾ ਆਪਣਾ ਤੇਵਰ ਦਿਖਾਉਂਦੇ ਆ ਜੇ ਨਹੀਂ ਦਿਖਾਉਂਦੇ ਤੇ ਫਿਰ ਉਹ ਆਪਣੇ ਜਿਹੜਾ ਪੰਜਾਬ ਦਾ ਮੁੱਦਿਆਂ ਦੇ ਉੱਤੇ ਜਿਹੜੀ ਆਪਣੀ ਲੜਾਈ ਲੜਨੇ ਚਾਹੁੰਦੇ ਆ ਪੰਜਾਬੀ ਮਾਡਲ ਜਾਂ ਪੰਜਾਬ ਮਾਡਲ ਦੀ ਗੱਲ ਕਰ ਰਹੇ ਵਿਕਾਸ ਦੀ ਉਹਦੇ ਮੁਤਾਬਕ ਉਹ ਇਹੀ ਸੋਚਦੇ ਹੋਣਗੇ ਕਿ ਹਾਂ ਜੇ ਕਰਪਸ਼ਨ ਖਤਮ ਨਹੀਂ ਹੁੰਦੀ ਨੋਟ ਜ਼ਿਆਦਾ ਲੋਕ ਘਰਾਂ 'ਚ ਰੱਖਦੇ ਆ ਤੇ ਖਤਰਾ ਹੁੰਦਾ ਉਹ ਸਾਰੇ ਦੇ ਸਾਰੇ ਬੈਂਕਾਂ 'ਚ ਰੱਖਣੇ ਚਾਹੀਦੇ ਆ ਤੇ ਬੈਂਕਾਂ 'ਚ ਰੱਖਣਗੇ ਕਿਸੇ ਨੂੰ ਲੋਨ ਮਿਲੂਗਾ ਹੋਰ ਮਿਲੂਗਾ ਤੇ ਉਹ ਇਸ ਗੱਲ 'ਤੇ ਸਟੈਂਡ ਉਲਟਾ ਵੀ ਲੈ ਸਕਦੇ ਆ ਕਿ ਸਾਡੇ ਵੀਰਾਂ ਨੇ ਕਾਂਗਰਸੀ ਭਾਈਆਂ ਨੇ ਇਹ ਬੋਰੀਆਂ ਭਰ ਕੇ ਨੋਟ ਘਰਾਂ 'ਚ ਕਾਹਦੀ ਰੱਖੇ ਚੂਹਾ ਹੀ ਕੁਦਰ ਜਾਏ ਕੋਈ ਕਿਸੇ ਵੇਲੇ ਹੈਨਾ ਕੀ ਪਤਾ ਲੱਗਦਾ ਰੱਦੀ 'ਚ ਚੁੱਕ ਕੇ ਲੈ ਜੇ ਨਹੀਂ ਪਤਾ ਨਾ ਮਤਲਬ ਜ਼ਿਆਦਾ ਘਰ 'ਚ ਪਿਆ ਇਸ ਕਿਸਮ ਦਾ ਉਹ ਖਦਸ਼ੇ ਪ੍ਰਗਟ ਕਰ ਸਕਦੇ ਆ ਪਰ ਇਹ ਡਿਪੈਂਡ ਕਰਦਾ ਕਿ ਉਹ ਊਠ ਕਿਸ ਕਰਵਟ ਬੈਠਦਾ ਹੈ ਊਠ ਦਾ ਨਹੀਂ ਪਤਾ ਹੁੰਦਾ ਤਾਂ ਇਹ ਇਹ ਇਹਦੇ ਵਿੱਚ ਅੰਦਰੋਂ ਅੰਦਰੀ ਜੇ ਇੰਜ ਕਹਿ ਲਓ ਕਿ ਜਿਵੇਂ ਉਹਨਾਂ ਦਾ ਖੁਸ਼ੀ ਵੀ ਹੋ ਸਕਦੀ ਹੈ ਤੇ ਗਮੀ ਹੋ ਸਕਦੀ ਹੈ ਖੁਸ਼ੀ ਇਸ ਕਰਕੇ ਕਿ ਜਿਹੜੇ ਕੱਲ੍ਹ ਤੱਕ ਮੈਨੂੰ ਪੈਰ ਨਹੀਂ ਲੱਗਣ ਦਿੰਦੇ ਤਾਂ ਠੀਕ ਆ ਉਹਨਾਂ ਦਾ ਪਤਾ ਲੱਗਣਾ ਹੀ ਚਾਹੀਦਾ ਉਹ ਆਪ ਵੀ ਪਤਾ ਲਾਉਂਦੇ ਰਹੇ ਇਹੋ ਜਿਹੇ ਬਿਆਨ ਦਿੰਦੇ ਹੀ ਰਹੇ ਆ ਕਿ ਰੇਤ ਮਾਫੀਆ ਹੁਣ ਵੀ ਟੇਢੇ ਢੰਗ ਨਾਲ ਕਹਿੰਦੇ ਕਿ ਪੰਜਾਬ 'ਚ ਰੇਤ ਮਾਫੀਆ ਕੰਮ ਕਰ ਰਿਹਾ ਤਾਂ ਇਹਨੇ ਵੇ ਉਹ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਕਿ ਕਰਪਸ਼ਨ ਨਾਲ ਪੈਸਾ ਪੋਲੀਟੀਸ਼ੀਅਨ ਬੋਰੀਆਂ ਭਰ ਭਰ ਕੇ ਘਰਾਂ 'ਚ ਰੱਖਣ ਕਿਉਂਕਿ ਦੇਸ਼ ਦਾ ਪੈਸਾ ਉਹ ਇਸ ਤਰ੍ਹਾਂ ਨਜਾਇਜ਼ ਕੁਛ ਹੱਥਾਂ 'ਚ ਇਕੱਠਾ ਨਹੀਂ ਹੋਣਾ ਚਾਹੀਦਾ ਗਮੀ ਦੀ ਇਹ ਗੱਲ ਹੈ ਕਿ ਜੇ ਕਾਂਗਰਸ ਡੁੱਬਦੀ ਹੈ ਤੇ ਉਹ ਵੀ ਡੁੱਬ ਜਾਣਗੇ ਜੇ ਬੇੜੀ ਡੁੱਬੂਗੀ ਤੇ ਫਿਰ ਕਿਹੜੀਆਂ ਲਾਈਫ ਜੈਕਟ ਪਾ ਕੇ ਤੇ ਨਹੀਂ ਬਾਹਰ ਆ ਸਕਦੇ ਕਿਉਂਕਿ ਭਾਰ ਸਮੁੰਦਰ ਦੇ ਵਿੱਚ ਜਦੋਂ ਡੁੱਬਦੀ ਆ ਕੋਈ ਬੇੜੀ ਤੇ ਮੁਸ਼ਕਲ ਹੁੰਦਾ ਇਸ ਲਈ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਵੀ ਹੋ ਸਕਦੀ ਹਾਲਾਂਕਿ ਉਹ ਈਡੀ ਦੇ ਸ਼ਾਇਦ ਗੇੜੇ 'ਚ ਚੜ੍ਹਨ ਵਾਲੇ ਨਾ ਹੋਣ ਕਿਉਂਕਿ ਉਹ ਬਹੁਤਾ ਇਹੋ ਜਿਹਾ ਦੋ ਨੰਬਰੀ ਕੰਮ ਦਾ ਉਹਨਾਂ ਤੇ ਕਿਸੇ ਕਿਸਮ ਦਾ ਵੀ ਕਿਸੇ ਨੂੰ ਨਹੀਂ ਹੈ ਰਹੀ ਗੱਲ ਕੇਜਰੀਵਾਲ ਨੇ ਕੇਜਰੀਵਾਲ ਦੀਆਂ ਤੇ ਬੜਾ ਅੱਛਾ ਖਿੜੀਆਂ ਪਈਆਂ ਮੈਂ ਦੇਖਿਆ ਹੈ ਕਿ ਇਹ ਆਮ ਆਦਮੀ ਨਹੀਂ ਇਹ ਤੇ ਖਾਸ ਆਦਮੀ ਆ ਦੋਵੇਂ ਹੀ ਖਾਸ ਆ ਕੋਈ ਆਮ ਨਹੀਂ ਹੈਗਾ ਜਿਹੜਾ ਉਹ ਬੇਈਮਾਨ ਕੋਈ ਘੱਟ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਧੋਖਾ ਦੇਣਾ ਸਾਡੇ ਪੰਜਾਬ ਦੇ ਮੁੰਡਿਆਂ ਕੁੜੀਆਂ ਤੋਂ ਕਰੋੜਾਂ ਰੁਪਇਆ ਖਰਚਾ ਕਰਾ ਕੇ ਤੇ ਟਿਕਟਾਂ ਬਾਅਦ 'ਚ ਵੇਚਣੀ ਉਹ ਧੋਖਾ ਨਹੀਂ ਹੈਗਾ ਉਹ ਬੇਈਮਾਨੀ ਨਹੀਂ ਹੈਗੀ ਹਰ ਵਾਰੀ ਕਰਨਾ ਹਰ ਇਲੈਕਸ਼ਨ 'ਚ ਕਰਨਾ ਤੇ ਇਹ ਜਿਹੜਾ ਇੱਕ ਦੂਜੇ ਤੇ ਚਿੱਕੜ ਉਛਾਲੀ ਕਰਨੀ ਬਹੁਤੀ ਖੁਸ਼ ਹੋਣ ਵਾਲੀ ਕੇਜਰੀਵਾਲ ਦੀ ਗੱਲ ਨਹੀਂ ਹੈ ਇੱਥੇ ਮੁਸ਼ਕਲ ਆ ਉਹਨਾਂ ਦੇ ਬਿਆਨ ਨੂੰ ਜਿਹੜਾ ਜਦੋਂ ਉਹ ਕਹਿੰਦਾ ਮੈਂ ਆਮ ਆਦਮੀ ਚੰਨੀ ਕਹਿੰਦਾ ਉਹ ਪੈਸੇ ਧੇਲੇ ਦੇ ਵੱਲੋਂ ਨਹੀਂ ਕਹਿੰਦਾ ਪੈਸੇ ਧੇਲੇ ਤਾਂ ਸਾਰੇ ਹੀ ਜਾਣਦੇ ਆ ਉਹਦੇ ਕੋਲ ਬਥੇਰਾ ਪੈਸਾ ਹੈਗਾ ਜ਼ਮੀਨ ਹੈਗੀ ਆ ਘਰ ਕੋਠੀਆਂ ਜਾਇਦਾਦ ਸਾਰਾ ਕੁਝ ਹੈਗਾ ਜਦੋਂ ਬੰਦਾ ਇੱਕ ਵਾਰੀ ਮਿਨਿਸਟਰ ਬਣ ਜਾਏ ਫਿਰ ਤਾਂ ਉਹਦੇ ਵਾਰੇ ਨਹੀਂ ਆ ਰਹੇ ਆ ਕਈ ਪੀੜ੍ਹੀਆਂ ਖੁੱਲ ਕੇ ਖਰਚਾ ਕਰਨ ਤਾਂ ਵੀ ਖਤਮ ਨਹੀਂ ਹੁੰਦਾ ਹੈ ਨਾ ਇਸ ਤਰੀਕੇ ਦਾ ਹੈਗਾ ਤੇ ਸੁਖਵਿੰਦਰ ਉਹ ਇਸ ਗੱਲੋਂ ਤੇ ਆਮ ਆਦਮੀ ਨੀ ਇੱਕ ਗੱਲ ਜਿਹੜੀ ਕੇਜਰੀਵਾਲ ਕਦੀ ਵੀ ਨਹੀਂ ਉਹ ਕਹਿੰਦੇ ਮੇਰੇ ਮੈਂ ਤੇ ਦਲਿਤ ਬੀਬੀਆਂ ਦਾ ਮੁੰਡਾ ਆ ਉਹਨਾਂ ਦਾ ਭਰਾ ਆ ਉਹਨਾਂ ਦਾ ਬੱਚਾ ਮੇਰੇ ਤੇ ਦਿਓ ਆਸ਼ੀਰਵਾਦ ਰੱਖੋ ਸਿਰ ਤੇ ਹੱਥ ਰੱਖੋ ਇਸ ਗੱਲ ਦਾ ਉਹਨਾਂ ਨੂੰ ਪਰ ਤੁਸੀਂ ਤੇ ਅਗਰਵਾਲ ਆ ਹੁਣ ਇਹ ਕਈ ਬੰਦੇ ਪਛਤਾਉਂਦੇ ਆ ਜਦੋਂ ਰਿਜ਼ਰਵੇਸ਼ਨ 'ਚ ਕਿਸੇ ਨੂੰ ਨੌਕਰੀ ਮਿਲ ਜਾਂਦੀ ਹੈ ਜਾਂ ਮਿਲ ਜਾਂਦੀ ਤੇ ਉਹ ਉਹਨਾਂ ਨੂੰ ਜਿਹੜੇ ਨਹੀਂ ਰਿਜ਼ਰਵ ਹੁੰਦੇ ਤੇ ਉਹਨਾਂ ਨੂੰ ਨਹੀਂ ਮਿਲਦੀ ਉਹ ਕਹਿੰਦੇ ਹੇ ਰੱਬਾ ਮੈਂ ਤੇ ਦਲਿਤ ਦੇ ਘਰ ਹੋਵਾਂ ਤੇ ਜੇ ਉਹਨਾਂ ਦੀ ਲੜਕੀ ਜਾਂ ਕੋਈ ਹੋਰ ਵੀ ਆਪਣਾ ਜੀ ਦਲਿਤਾਂ ਦੇ ਘਰ ਵਿਆਹੁਣ ਲਈ ਕੁੜੀ ਮੁੰਡੇ ਦਾ ਪਿਆਰ ਹੋ ਜੇ ਫਿਰ ਕਹਿੰਦੇ ਨਾ ਕੱਢੋ ਮਾਰੋ ਇਹਨਾਂ ਨੂੰ ਇਹ ਕੀ ਹੋ ਗਿਆ ਸਾਡੇ ਇੰਜ ਫਿਰ ਨਹੀਂ ਨੌਕਰੀ ਲੈਣ ਦੇ ਲਾਲਚ ਵਿੱਚ ਤੇ ਹੁੰਦਾ ਤੇ ਮੈਂ ਜਿਹੜੀ ਗੱਲ ਕਹਿਣੀ ਜਿਹੜੀ ਉਹਨਾਂ ਦੇ ਸਮਾਜਿਕ ਤੌਰ ਤੇ ਉਹਨਾਂ ਦਾ ਨਾਲ ਵਿਤਕਰਾ ਹੁੰਦਾ ਹਰ ਕਿਸਮ ਦਾ ਅਪਰੈਸ਼ਨ ਹੁੰਦਾ ਮਾਨਸਿਕ ਤੌਰ ਤੇ ਅਪਰੈਸ਼ਨ ਵੀ ਹੁੰਦਾ ਉਹਨਾਂ ਨੂੰ ਜਾਣੀ ਜਿਸ ਢੰਗ ਨਾਲ ਦੇਖਿਆ ਜਾਂਦਾ ਉਹ ਬੰਦੇ ਜਦੋਂ ਸੱਤਾ 'ਚ ਆਉਂਦੇ ਆ ਤੇ ਉਹਨਾਂ ਦੀ ਇੱਕ ਲਿਬਰੇਸ਼ਨ ਹੁੰਦੀ ਆ ਮਾਨਸਿਕ ਤੌਰ ਤੇ ਉਹ ਬਲਵਾਨ ਹੁੰਦੇ ਆ ਸਸ਼ਕਤ ਹੁੰਦੇ
ਹੁੰਦੇ ਆ, ਲੜਨ ਦੀ ਉਹਨਾਂ ਚ ਸ਼ਮਤਾ ਪੈਦਾ ਹੁੰਦੀ ਹੈ ਤੇ ਉਹ ਬਹੁਤ ਜ਼ਰੂਰੀ ਸੀ। ਅਸੀਂ ਤੇ ਉਸ ਹਿਸਾਬ ਚ ਕਹਿੰਦੇ ਹਾਂ ਕਿ ਚੰਨੀ ਸਾਹਿਬ ਜੇ ਬਣੇ ਆ, ਇਹ ਨਹੀਂ ਕਿ ਉਹ ਆਰਥਿਕ ਤੌਰ ਤੇ ਗਰੀਬ ਆ, ਪਰ ਸਮਾਜਿਕ ਤੌਰ ਤੇ ਜਿਵੇਂ ਹਾਸ਼ੀਏ ਤੇ ਰੱਖਿਆ ਜਾਂਦਾ ਦਲਿਤ ਸਮੁਦਾਇ ਨੂੰ, ਉਹਨਾਂ ਦਾ ਚੀਫ ਮਿਨਿਸਟਰ ਬਣਿਆ ਤੇ ਉਹ ਆਮ ਹੀ ਰਹਿਣਗੇ। ਉਹ ਕੇਜਰੀਵਾਲ ਲੱਖ ਵਾਰੀ ਕੋਸ਼ਿਸ਼ ਕਰੇ ਫਟੇ ਕੱਪੜੇ ਪਾ ਕੇ ਆ ਜੇ, ਸਲੀਪਰ ਪਾ ਕੇ ਆ ਜੇ, ਗੱਡੀ ਟੁੱਟੀ ਜੀ ਲੈ ਕੇ ਆ ਜੇ, ਉਹ ਨਹੀਂ ਆਮ ਬਣ ਸਕਦਾ ਕਿਉਂਕਿ ਉਹਨਾਂ ਦਾ ਸਮਾਜਿਕ ਰੁਤਬਾ ਇੱਕ ਅਗਰਵਾਲ ਵਾਲਾ ਹੈਗਾ, ਕੇਜਰੀਵਾਲ ਵਾਲਾ ਹੈਗਾ, ਉਹ ਕਦੀ ਨਹੀਂ ਉਹ ਕਰ ਸਕਦੇ। ਉਹਨਾਂ ਨੇ ਆਮ ਰਹਿਣਾ, ਇਹ ਚਾਹੁੰਦੇ ਹੋਏ ਵੀ ਆਮ ਨਹੀਂ ਬਣ ਸਕਦੇ ਕੇਜਰੀਵਾਲ। ਹਾਂਜੀ ਪ੍ਰੋਫੈਸਰ, ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਸਿਆਸਤ ਚਲੋ ਇੱਕ ਪਾਸੇ, ਗੱਲ ਹੈ ਕਿ ਮਾਫੀਆ ਰਾਜ ਜਿਹੜਾ ਪੰਜਾਬ ਦੇ ਵਿੱਚ ਨਾ ਤਾਂ ਕੈਪਟਨ ਸਾਹਿਬ ਦੇ ਵੇਲੇ ਮੁੱਕਿਆ, ਨਾ ਪਿਛਲਿਆਂ ਵੇਲੇ ਮੁੱਕਿਆ, ਨਾ ਚੰਨੀ ਸਾਹਿਬ ਵੇਲੇ ਮੁੱਕਿਆ, ਇਹ ਰੇਡ ਜੇ ਪਈ ਹੈ ਤਾਂ ਇਹਦੇ ਨਾਲ ਇੱਕ ਗੱਲ ਤਾਂ ਸਾਫ਼ ਜਿਹੜੀ ਆ ਉਹ ਹੋਰ ਹੋ ਗਈ ਕਿ ਰੇਤ ਮਾਫੀਆ ਪੰਜਾਬ ਦੇ ਵਿੱਚ ਅੱਜ ਵੀ ਚੱਲ ਰਿਹਾ, ਉਸ ਉੱਤੇ ਕਾਬੂ ਕਿਉਂ ਨਹੀਂ ਪਾਇਆ ਗਿਆ, ਕਿਉਂ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਇਆ ਗਿਆ, ਕਿਉਂ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਰੱਖਿਆ ਕਿ ਜੀ ਆਹ ਐਲਾਨ ਤੇ ਐਲਾਨ ਕਰ ਦਿੱਤਾ, ਪਰ ਜਿੱਥੇ ਕਾਬੂ ਕਰਨਾ ਕਹਿੰਦੇ ਰੇਤਾ ਸਸਤਾ ਕਰ ਦਿਆਂਗੇ, ਉਹ ਵੀ ਜਿਵੇਂ ਜੋ ਕੁਝ ਹੋਇਆ ਲੋਕਾਂ ਨੂੰ ਪਤਾ ਹੀ ਹੈ, ਲੋਕ ਬਹੁਤ ਸਿਆਣੇ ਨੇ, ਇਸ ਉੱਤੇ ਕਿਉਂ ਨਹੀਂ ਆਉਂਦੇ ਇਹ ਸਾਰੇ, ਕਿਉਂ ਨਹੀਂ ਦੱਸਦੇ ਕਿ ਰੇਤ ਮਾਫੀਆ ਦਾ ਪੈਸਾ ਕਿੱਥੇ ਅਸੀਂ ਲੈ ਕੇ ਆਉਣਾ। ਸਿੱਧੂ ਨੇ ਤਾਂ ਕਈ ਵਾਰ ਹਿਸਾਬ ਦੇ ਦਿੱਤਾ, ਪਰ ਫਿਰ ਵੀ ਗੱਲ ਉੱਥੇ ਦੀ ਉੱਥੇ ਖੜੀ ਹੈ। ਮੈਨੂੰ ਲੱਗਦਾ ਇਹਨਾਂ ਨੂੰ ਇੱਕ ਵਾਰੀ ਜਿਹੜਾ ਗੰਗਾ ਜਲ ਅੰਮ੍ਰਿਤ ਛਕ ਹੋਆ, ਜਿੱਥੇ ਉਹ ਸਾਰੇ ਪਾਪ ਧੋਂਦੇ ਆ ਤੇ ਨਵਾਂ ਬੰਦਾ ਬਣਾਉਂਦੇ ਆ, ਛਿੜਕ ਕੇ ਉੱਤੇ ਆਉਂ ਕਰਕੇ ਮੜ ਜਾ ਛਿੜਕਾ ਮਾਰਦੇ ਆ, ਹੈਨਾ, ਸਾਰਿਆਂ ਦਾ ਜਿਹੜਾ ਕੱਢਿਆ ਮਾਲ ਤੇ ਲਿਜਾ ਕੇ ਨਵਾਂ, ਜਾਣੀ ਪਿੱਤਲ ਤੋਂ ਸੋਨਾ ਬਣਾਉਂਦੇ, ਇਹਨਾਂ ਦਾ ਵੀ ਉੱਧਰ ਦੀ ਘਟਾਉਣਾ ਪੈਣਾ ਇਹਨਾਂ ਨੂੰ ਥੋੜ੍ਹਾ ਜਿਹਾ। ਹਟਦੀਆਂ ਨੀ ਆਦਤਾਂ, ਮਾਨਸਿਕਤਾ, ਲੋਭ ਲਾਲਚ, ਆ ਮਾਰ ਤਾੜ ਮਾਨਸਿਕ ਤੌਰ ਤੇ, ਆਹ ਵੀ ਬਣਾ ਲਈਏ, ਆਹ ਵੀ ਖਾ ਲਈਏ, ਆਹ ਵੀ ਲੁੱਟ ਲਈਏ, ਆਹ ਵੀ ਪਤਾ ਨੀ ਕਿਉਂ ਇਹਨਾਂ ਦੀ ਜਾਂ ਤੇ ਉਧਰੋਂ ਕੋਈ ਕਿਸੇ ਕਿਸਮ ਦਾ ਗੰਗਾ ਜਲ ਜਾਂ ਕਿਤੇ ਸਾਧੂ ਤੋਂ ਇਹਨਾਂ ਨੂੰ ਆਸ਼ੀਰਵਾਦ ਦਵਾਈ ਜਾਏ, ਕੋਈ ਕੋਈ ਇਹੋ ਜਿਹੀ ਕੋਈ ਘੁੱਟੀ ਘੱਟੀ ਪਿਲਾਈ ਜਾਏ ਇਹਨਾਂ ਨੂੰ ਕਿ ਇਹਨਾਂ ਦਾ ਮਨ ਠੀਕ ਹੋ ਜਾਏ, ਸ਼ਾਂਤ ਹੋ ਜਾਏ। ਹੈਗੀ ਕਹਿਣਗੇ ਅਸੀਂ ਭਾਈ ਗੁਰਸਿੱਖਾਂ ਮੱਥੇ ਵਿਰਗੜੇ ਜਾਣਗੇ, ਹੋਰ ਵੀ ਸਾਰਾ ਕੁਝ ਕਰੀ ਜਾਣਗੇ, ਤੇ ਜਿਹੜੀਆਂ ਬਹੁਤ ਹੀ ਮੂਲ ਚੀਜ਼ਾਂ ਮੁੱਢਲੀਆਂ ਚੀਜ਼ਾਂ ਆ ਉਹਦੇ ਤੇ ਪੂਰਾ ਉਤਰਦੇ ਨੇ। ਤੇ ਗੁਰੂ ਨਾਨਕ ਦੇਵ ਜੀ ਜਿਹਨਾਂ ਦੇ ਪੈਰੋਕਾਰ ਆ ਸਾਰੇ, ਉਹਨਾਂ ਨੂੰ ਤੇ ਪੈਸਾ ਦਿੱਤਾ ਕਿ ਜਾ ਤੁਸੀਂ ਵਪਾਰ ਕਰ ਆਓ, ਤੇ ਉਹ ਜਾ ਕੇ ਗਰੀਬਾਂ ਨੂੰ ਰੋਟੀ ਖਵਾਏ, ਇਹ ਗਰੀਬ ਦੇ ਮੂੰਹ ਚੋਂ ਵੀ ਖਿੱਚਣ ਨੂੰ ਫਿਰਦੇ ਆ ਜੇ ਕੋਈ ਖਾਂਦਾ ਆਪਣੀ ਕਮਾ ਕੇ, ਤੇ ਫਟ ਗਿਆ ਨਾ, ਫਿਰ ਤੁਸੀਂ ਨੱਕ ਕਿਉਂ ਰਗੜਦੇ ਜਾ ਕੇ ਜੇ ਕਰਨਾ ਕੁਛ ਨੀ, ਕਿਉਂ ਤੁਸੀਂ ਉਸ ਜਿਹੜੀ ਸ਼ਰਧਾ ਦੇ ਨਾਲ ਥੋੜੀ ਕੰਮ ਬਣਨਾ ਆਪਣੇ ਜੀਵਨ ਚ, ਉਹਨਾਂ ਦੇ ਫਲਸਫੇ ਨੂੰ ਕਿਵੇਂ ਉਤਾਰਦੇ, ਉਹਨਾਂ ਤੇ ਨੀ ਅਸੀਂ ਉਤਾਰ ਸਕਦੇ, 5-7% ਤੇ ਕੋਸ਼ਿਸ਼ ਕਰੋ ਗੁਰੂ ਨਾਨਕ ਦੇਵ ਜੀ ਦੇ ਰਸਤੇ ਤੇ ਚੱਲਣ ਦੀ, ਜ਼ਿਆਦਾ ਨਹੀਂ, ਤੇ ਉਹਦੇ ਨਾਲ ਹੀ ਬਹੁਤ ਸੁਧਾਰ ਹੋ ਜਾਊਗਾ। ਇਹ ਇਹ ਤੇ ਬੜੀ ਦੁੱਖ ਦੀ ਗੱਲ ਜਿਹੜਾ ਤੁਸੀਂ ਸਵਾਲ ਸਾਡੇ ਸਾਹਮਣੇ ਖੜਾ ਕਰਦੇ ਹੈ ਨਾ, ਇਹ ਅੰਦਰੋਂ ਜਾਂਦਾ ਨਹੀਂ ਹੈ, ਪਾਪ ਲੋਭ ਲਾਲਚ ਇਹ ਸਾਰਾ ਸੱਤਾ ਦਾ ਹੰਕਾਰ, ਇਹ ਜਦ ਤੱਕ ਟੁੱਟਦਾ ਨਹੀਂ ਅਸੀਂ ਨਾ ਤੇ ਅਸਲੀ ਸਿੱਖ ਬਣ ਸਕਦੇ ਹਾਂ, ਨਾ ਚੰਗੇ ਲੀਡਰ ਬਣ ਸਕਦੇ ਹਾਂ, ਨਾ ਚੰਗੇ ਚੀਫ ਮਿਨਿਸਟਰ ਬਣ ਸਕਦੇ ਹਾਂ, ਨਾ ਮਿਨਿਸਟਰ। ਜੇ ਅਸੀਂ ਚੰਗੇ ਨਹੀਂ ਤੇ ਫਿਰ ਸਮਾਜ ਨੂੰ ਚੰਗਾ ਕਿਵੇਂ ਬਣਾਉਣ ਦਾ ਸਪਨਾ ਲਵਾਂਗੇ, ਉਹਦੇ ਲਈ ਅਸੀਂ ਕੰਮ ਕਿਵੇਂ ਕਰਾਂਗੇ। ਇਹ ਕਾਫੀ ਮੁਸ਼ਕਲ ਕੰਮ ਹੈਗਾ, ਸਾਰੀ ਜਗ੍ਹਾ ਜ਼ਿਆਦਾਤਰ ਸਾਰੀ ਦੁਨੀਆਂ ਦੀ ਇਹ ਰਵਾਇਤ ਬਣ ਗਈ, ਸੱਤਾ 'ਚ ਇੰਝ ਹੀ ਲੋਕ ਆਉਂਦੇ ਆ ਤੇ ਜ਼ਿਆਦਾਤਰ ਇਹੋ ਜਿਹੇ ਹੀ ਕੰਮ ਕਰਦੇ ਆ, ਜਿਹੋ ਜਿਹੇ ਇੱਥੇ ਰੇਤਾ ਬਜਰੀ ਦੇ ਕਰੀ ਜਾਂਦੇ ਆ ਲੋਕ, ਹੋਰ ਵੱਡੇ ਪੱਧਰ ਤੇ ਕਈ ਕਿਸਮ ਦੇ ਕੰਮ ਕਰੀ ਜਾਂਦੇ ਦੂਜੇ ਦੇਸ਼ਾਂ 'ਚ। ਇਹ ਇੱਕ ਬਿਮਾਰੀ ਆ, ਅਸੀਂ ਸੱਤਾ ਨਾਲ ਚੰਬੜੀ ਕੋਹੜ ਆ ਸਮਝ ਲਓ, ਕਿ ਉਹ ਨਾਲ ਜਗ੍ਹਾ ਇਹ ਕੋਹੜ ਰਹਿੰਦਾ ਹੀ ਆ, ਅਸੀਂ ਅਜੇ ਵੀ ਉਸ ਕਿਸਮ ਦੀ ਗਵਰਨੈਂਸ ਦੀ ਜਾਂ ਉਸ ਕਿਸਮ ਦੀ ਸਰਕਾਰ ਦੀ, ਜਿੱਥੇ ਜਿਵੇਂ ਗੁਰੂ ਰਵਿਦਾਸ ਜੀ ਕਹਿੰਦੇ ਆ ਬੇਗਮਪੁਰਾ ਤੇ ਇੱਕ ਇਹੋ ਜਿਹੀ ਜਗ੍ਹਾ ਹੋਏ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਏ, ਤੇ ਉਹੋ ਜਿਹੀ ਸਰਕਾਰ, ਉਹੋ ਜਿਹੇ ਲੀਡਰ, ਤੇ ਤੁਹਾਡੇ ਵਰਗੇ ਯੰਗ ਲੋਕ ਸੁਖਵਿੰਦਰ ਕਦੀ ਆ ਜਾਣ ਜਿਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਸਾਰਾ ਦੇਖਿਆ, ਤੇ ਭਾਵੇਂ ਪਾਰ ਤਾਰਾ ਹੋ ਜਾਏ, ਇਹ ਜਿਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਇਹ ਕੱਲ੍ਹ ਨੂੰ ਹਟ ਗਿਆ, ਤੇ ਉਹ ਚੰਨੀ ਹੋਵੇ ਜਾਂ ਚੰਨੀ ਦੇ ਹੋਰ ਰਿਸ਼ਤੇਦਾਰ ਹੋਣ, ਈਡੀ ਕੋਈ ਆਪਣੇ ਕੋਲੋਂ ਨਹੀਂ ਪੈਸੇ ਰੱਖ ਰੱਖ ਕੇ ਤੇ ਉੱਤੇ ਕਹੀ ਜਾਂਦਾ ਕਿ ਆਹ ਦੇਖੋ ਉਹਨਾਂ ਨੇ ਆਪਣੀ ਜੇਬ ਚ ਦੇਣੇ ਪੈਸੇ, ਪੈਸੇ ਤੇ ਹੋਣਗੇ ਕਿਤੇ ਨਾ ਕਿਤੇ ਪਏ, ਤੇ ਹੋਣਗੇ ਵੀ 2 ਨੰਬਰੀ, ਤੇ ਗਾਂ ਇਲੈਕਸ਼ਨਾਂ ਚ ਤੇ ਹੋਰ ਵੀ ਆ। ਦੇਖੋ ਪੁਲਿਸ ਜਗ੍ਹਾ ਜਗ੍ਹਾ ਚੈੱਕ ਕਰਦੀ, ਮੈਂ ਬਾਹਰੋਂ ਆਇਆ ਲੁਧਿਆਣੇ ਤੋਂ, ਜਗ੍ਹਾ ਜਗ੍ਹਾ ਚੈੱਕ ਕਰਦੀ ਆ ਕਿਸੇ ਦੇ ਦਾਰੂ ਨਿਕਲ ਰਹੀਆਂ। ਮੈਨੂੰ ਇੱਕ ਕੋਈ ਦੱਸ ਰਿਹਾ ਸੀਗਾ ਕਿ ਮੇਰੀ ਕਾਂਸਟੀਚੁਐਂਸੀ ਚ 9000 ਦਾਰੂ ਦੇ ਸਟੈਕ ਆ ਗਏ ਆ, ਤੇ ਕਹਿੰਦੇ ਮੈਂ ਉੱਥੇ ਡੀ ਆਈ ਜੀ ਨੂੰ ਕਿਹਾ ਨਾ ਡੀ ਜੀ ਪੀ ਨੂੰ ਕਿਹਾ, ਭਰਾਵਾ ਮੇਰੇ ਦੇ ਏਰੀਏ ਚ ਮੈਨੂੰ ਤੇ ਮਾਰ ਦੇਣਗੇ ਵੀ ਇੱਥੇ ਇੰਨੇ ਪੈ ਦਾਰੂ ਦੇ ਸਟੈਕ ਰੱਖੇ ਹੋਏ ਆ। ਉਹ ਕਹਿੰਦਾ ਜੀ ਮੈਂ ਕੁਛ ਨਹੀਂ ਕਰ ਸਕਦਾ ਕਿਉਂਕਿ ਉਹ ਤੇ ਕਾਂਗਰਸ ਵਾਲਿਆਂ ਦੇ ਰੱਖੇ ਹੋਏ ਆ। ਇਹ ਕੰਮ ਚੱਲੀ ਜਾ ਰਹੇ ਆ,
ਕਿੱਥੇ ਕੀ ਹੈ, ਕਿੱਦਾਂ ਕਰੋਗੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਆ ਨਾ, ਆਪਾਂ ਆਮ ਬੰਦੇ ਨੂੰ ਤੇ ਹੈ ਨਹੀਂ ਆ ਕੀ ਪਤਾ ਲੱਗ ਰਿਹਾ ਅੰਦਰ ਅੰਦਰ ਕੀ ਕੁਛ ਚੱਲੀਦਾ। ਉਹ ਜਿੰਨਾ ਹੀ ਤੁਸੀਂ ਅੱਗੇ ਖੋਦੀ ਜਾਓਗੇ ਨਾ ਚੂਹੇ ਵਾਂਗੂ, ਨਵੀਂ ਤੋਂ ਨਵੀਂ ਚੀਜ਼ ਹੀ ਨਿਕਲਦੀ ਆ। ਬਹੁਤ ਕੁਛ ਆ ਤੇ ਬਹੁਤ ਕੁਛ ਹੋਇਆ ਤੇ ਬਹੁਤ ਕੁਛ ਹੋਣ ਵਾਲਾ ਸੁਖਵਿੰਦਰ। ਹਾਂਜੀ ਬਿਲਕੁਲ ਬਿਲਕੁਲ, ਲੋਕ ਵੀ ਬੜੇ ਧਿਆਨ ਨਾਲ ਸੁਣ ਰਹੇ ਨੇ। ਰੰਧਾਵਾ ਸਾਹਿਬ ਕਹਿੰਦੇ ਕਿ ਟ੍ਰਿਪਲ ਡੋਜ਼ ਅਸੀਂ ਕੈਪਟਨ ਵਾਲੀ ਕੱਢ ਦਿਆਂਗੇ, ਅਸੀਂ ਬਾਹਰ ਲਿਆ ਕੇ ਰੱਖ ਦਿਆਂਗੇ ਕਿ ਕੈਪਟਨ ਨੇ ਕੀ ਕੀਤਾ। ਕੈਪਟਨ ਸਾਹਿਬ ਕਹਿੰਦੇ ਕਿ ਲਿਸਟ ਮੇਰੇ ਕੋਲ ਵੀ ਪਈ ਹੈ, ਸ਼ਾਇਦ ਉਹ ਬੀਜੇਪੀ ਨੂੰ ਫੜਾ ਦਿੱਤੀ ਹੋਵੇ। ਆਸੋ ਇੰਨੀਆਂ ਗੱਲਾਂ ਵਿੱਚ ਹੋ ਜਾਂਦੀਆਂ ਨੇ ਕਿ ਸ਼ਾਇਦ ਬੀਜੇਪੀ ਨੂੰ ਫੜਾ ਦਿੱਤੀ ਹੋਵੇ ਕਿ ਆਹ ਬੰਦਾ ਮਾਫੀਆ ਦੇ ਵਿੱਚ ਚੱਲਦਾ। ਪਰ ਹੁਣ ਤੱਕ ਨੰਗਾ ਕੋਈ ਨਹੀਂ ਹੋਇਆ, ਜਿਵੇਂ ਹੁੰਦਾ ਨਾ ਕਿ ਮਾਫੀਏ ਨੂੰ ਨੰਗਾ ਕਰ ਦਿੱਤਾ, ਹੁਣ ਤੱਕ ਕੋਈ ਨੀ ਨੰਗਾ ਹੋਇਆ। ਬਸ ਇਲਜ਼ਾਮ ਨੇ ਇੱਕ ਦੂਜੇ ਨੂੰ ਡਰਾ ਧਮਕਾ ਕੇ ਵੋਟਾਂ ਲੰਘ ਜਾਣੀਆਂ। ਗੱਲ ਹੁਣ ਸੰਯੁਕਤ ਸਮਾਜ ਮੋਰਚੇ ਦੀ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ? ਮੈਂ ਸੋਸ਼ਲ ਮੀਡੀਆ ਉੱਤੇ ਕਾਫੀ ਪੜ੍ਹ ਲਿਖ ਰਿਹਾ ਸੀਗਾ, ਉੱਥੇ ਲੋਕ ਜ਼ਿਕਰ ਕਰ ਰਹੇ ਨੇ ਕਿ ਰਾਜੇਵਾਲ ਸਾਹਿਬ ਜਾਂ ਜਿੰਨੇ ਕਿਸਾਨ ਲੀਡਰ ਨੇ, ਇਹਨਾਂ ਨੂੰ ਚਾਹੀਦਾ ਕਿ ਵੱਡੇ ਪੱਧਰ ਦੇ ਉੱਤੇ ਆ ਕੇ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਕਰਨ ਜਾਂ ਲੋਕਾਂ ਦੇ ਵਿੱਚ ਆ ਕੇ ਉੱਥੇ ਆਵਾਜ਼ ਆਪਣੀ ਰੱਖਣ, ਦੱਸਣ ਕਿ ਅਸੀਂ ਕੀ ਕਰਨਾ, ਅਸੀਂ ਇੰਪਲੋਇਸ ਲਈ ਕੀ ਕਰਨਾ, ਅਸੀਂ ਬਾਕੀਆਂ ਲਈ ਕੀ ਕਰਨਾ, ਉਹ ਸਾਰਾ ਕੁਝ ਦੱਸਣ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਰੋਡ ਮੈਪ ਕੀ ਆ। ਦੇਖੋ ਏਦਾਂ ਆ ਸੁਖਵਿੰਦਰ, ਇੱਕ ਤੇ ਜਿਹੜੀ ਜਨਰੇਸ਼ਨ ਕਿਸਾਨ ਲੀਡਰਾਂ ਦੀ ਹੈ, ਤੁਸੀਂ ਡਾਕਟਰ ਦਰਸ਼ਨਪਾਲ ਰਾਜੇਵਾਲ, ਹੁਣ ਅੱਸੀਆਂ ਰਾਜੇਵਾਲ ਅੱਸੀਆਂ ਦੇ ਆ, ਇਸੇ ਤਰ੍ਹਾਂ ਕਾਫੀ ਉਮਰ ਅਗਰਾਹਾਂ ਦੀ ਹੋਣੀ ਆ, ਹੋਰ ਵੀ ਲੀਡਰ ਜਿੰਨੇ ਵੀ ਪ੍ਰਮੁੱਖ ਲੀਡਰ ਆ ਉਹ ਵੱਡੀ ਉਮਰ ਦੇ ਆ, ਉਹਨਾਂ ਨੂੰ ਤੇ ਆਪਣਾ ਮਾੜਾ ਮੋਟਾ ਫੋਨ ਟੱਚ ਸਕਰੀਨ ਵਾਲਾ ਚਲਾਈ ਜਾਣ, ਸੁਣੀ ਜਾਣ, ਮਾੜਾ ਮੋਟਾ ਮੈਸੇਜ ਦੇਖ ਲੈਣ, ਇੰਨਾ ਹੀ ਬਹੁਤ ਆ। ਬਾਕੀ ਜਿਹੜਾ ਨਾ ਟੈਕਨੋਸਵੀ, ਉਹਨਾਂ ਦੇ ਉਹਨਾਂ ਇਮੈਜੀਨੇਸ਼ਨ ਚ ਨਹੀਂ ਹੈ। ਪਰ ਤੁਸੀਂ ਇਹ ਕਹਿ ਸਕਦੇ ਫਿਰ ਸਰਵਿਸਿਜ਼ ਹਾਇਰ ਕਰ ਲਓ, ਬਥੇਰੇ ਤੁਰੇ ਫਿਰਦੇ ਆ, ਅੱਜ ਵੀ ਆਏ ਸੀ ਸਾਡੇ ਕੋਲ ਕੁਛ। ਉਹਦੇ ਲਈ ਮੋਟਾ ਪੈਸਾ ਚਾਹੀਦਾ, ਉਹ ਸਿੱਧਾ ਹੀ ਜਾਣੀ ਬਜਟ ਜਿਹੜਾ ਉਹਨਾਂ ਨੇ ਸਾਨੂੰ ਸੁਣਾਇਆ ਤਕਰੀਬਨ 2.5 ਕਰੋੜ ਰੁਪਈਏ ਦਾ ਬਜਟ ਸੀ। ਹੁਣ ਇਹਨਾਂ ਦੇ ਪਾਰਟੀ ਕੋਲ ਕਿਤੇ ਵੀ ਕੋਈ ਪੈਸਾ ਹੈ ਨਹੀਂ। ਅਸੀਂ ਕਿਹਾ ਯਾਰ ਮਾਫ਼ ਕਰੋ, ਸਾਡੇ ਤੇ ਆਪੇ ਜਿੰਨੇ ਜਿੰਨੇ ਕਰਨਾ ਉਂਝ ਕਰੀ ਪੂਰੀ ਜਾਣਗੇ। ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਨਾ ਕਿ ਇੱਕ ਔਰਗੇਨਾਈਜ਼ ਢੰਗ ਨਾਲ, ਸੋਸ਼ਲ ਮੀਡੀਆ ਸੋਸ਼ਲ ਨਹੀਂ ਹੈ, ਉਹ ਵੀ ਇੱਕ ਪੈਰਲ ਔਰਗੇਨਾਈਜ਼ਡ ਮੀਡੀਆ ਹੋ ਗਿਆ ਜਿਹਦੇ ਰਾਹੀਂ ਲੋਕਾਂ ਤੱਕ ਚੀਜ਼ਾਂ ਪਹੁੰਚਾਈਆਂ। ਜਦੋਂ ਉਹਦਾ ਨਾਂ ਹੀ ਸੋਸ਼ਲ ਆ ਹੈਗਾ, ਉਹ ਪ੍ਰਾਈਵੇਟ ਹੀ ਆ, ਜਿਵੇਂ ਜਿਵੇਂ ਬਾਕੀ ਚੈਨਲਾਂ ਦੇ ਨੂੰ ਕੋਈ ਗੋਦੀ ਮੀਡੀਆ ਕਹਿੰਦਾ, ਕੋਈ ਕਿਹੋ ਜਿਹਾ ਮੀਡੀਆ ਕਹਿੰਦਾ, ਉੱਥੇ ਪੈਸੇ ਦੇ ਦੇ ਕੇ ਅੱਜ ਤੱਕ ਬਥੇਰਾ ਇਹਨਾਂ ਦਿਨਾਂ 'ਚ ਤਾਂ ਪੂਰੀ ਵਾਢੀ ਪਈ ਹੋਈ ਆ ਮੋਟਾ ਮੋਟਾ, ਭਾਵੇਂ ਤੁਸੀਂ ਪੂਰਾ ਪੇਜ ਵੇਚਦੇ ਹੋ ਲੱਗਣਗੀਆਂ ਖਬਰਾਂ, ਪਰ ਪੈਸੇ ਦਿੱਤੇ ਹੋਣਗੇ ਔਰ ਰਸੀਦ ਦਿੰਦੇ ਆ, ਕੋਈ ਚੋਰੀ ਵੀ ਨਹੀਂ ਕਰਦੇ ਇਹੋ ਜਿਹੀ ਗੱਲ। ਮਤਲਬ ਇਹ ਪ੍ਰੋਵੀਜ਼ਨ ਹੈਗੇ ਆ ਨਿਊਜ਼ ਪੇਪਰਾਂ 'ਚ ਵੀ ਆ, ਮੀਡੀਆ 'ਚ ਵੀ ਬਿਨਾਂ ਐਡ ਲਿਖਿਆ ਵੀ ਐਡ ਦੇ ਸਕਦੇ ਆ, ਖਬਰਾਂ ਦੇ ਸਕਦੇ ਕਿਸੇ ਦੇ ਹੱਕ 'ਚ। ਇਸ ਤਰੀਕੇ ਨਾਲ ਸਰਵੇ ਚੱਲੀ ਜਾਂਦੇ ਆ, ਇਹ ਜੀ ਸਫਾਲੋਜਿਸਟ ਆ, ਬਹੁਤ ਤਕੜੇ ਸਰਵੇ ਕੱਢਦੇ ਆ। ਤੁਸੀਂ ਦੱਸੋ ਜੀ ਕਰਵਾਉਣੇ ਆ, ਕਿੰਨੀਆਂ ਸੀਟਾਂ ਜਿੱਤਣੀਆਂ ਚਾਹੁੰਦੇ ਹੋ ਓਨੀਆਂ ਹੀ ਸਰਵੇ 'ਚ ਜਿਤਾ ਦਿਆਂਗੇ, ਇਹ ਵੀ ਤੁਰਿਆ ਜਾਂਦਾ ਵਿੱਚ ਹੀ ਸਾਰਾ ਕੁਝ। ਪਤਾ ਜੀ ਕਿਹੜੇ ਕਿਹੜੇ ਚਿੱਚੜ ਚੰਬੜ ਦੇ ਇਹਨਾਂ ਦਿਨਾਂ 'ਚ ਕਿੱਥੋਂ ਆ ਜਾਂਦੇ ਆ, ਫਿਰ ਉਹ ਜਦੋਂ ਜਿਉਂ ਹੀ ਚੋਣਾਂ ਵੋਟਾਂ ਪੈ ਜਾਣੀਆਂ ਫਿਰ ਤੁਹਾਨੂੰ 5 ਸਾਲਾਂ ਬਾਅਦ ਹੀ ਦੁਬਾਰਾ ਦਿਖਣੇ ਆ। ਇਹ ਬਹੁਤ ਕੁਝ ਚੱਲੀ ਜਾਂਦਾ, ਹੁਣ ਕੀ ਕਰੀਏ ਅਸੀਂ ਹਰ ਗੱਲ 'ਚ। ਇੱਕ ਜਿਹੜੇ ਆਮ ਜਨ ਸਧਾਰਨ ਜਿਹੜੇ ਮੇਰੀ ਜਨਰੇਸ਼ਨ ਦੇ ਲੋਕ ਆ, ਉਹ ਸਾਰੀਆਂ ਚੀਜ਼ਾਂ ਇੱਕ ਤੇ ਉਹਨਾਂ ਨੂੰ ਆਪ ਵੀ ਸਮਝ ਨਹੀਂ, ਪਰ ਜੇ ਹਾਇਰ ਕਰਨ ਤੇ ਪੈਸਾ ਬਹੁਤ ਲੱਗਦਾ। ਫਿਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਹਾਇਰ ਵੀ ਕਰ ਲਿਆ, ਉਹ ਆਪਣੀ ਸਰਵਿਸ ਉਹ ਜੀ ਦੇ ਵੀ ਰਹੇ ਆ, ਕਿਉਂਕਿ ਓਲ ਮੋਲ ਬਹੁਤ ਆ ਚੀਜ਼ਾਂ ਦੇ। ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਇਹੋ ਹੀ ਕਹੂੰਗਾ ਕਿ ਜਿਹੜੇ ਇਹਨਾਂ ਦੇ ਪੈਰੋਕਾਰ ਕਿਸਾਨਾਂ ਦੇ ਹੈਗੇ ਆ, ਉਹ ਬਿਨਾਂ ਕਿਸੇ ਦੀ ਇੰਤਜ਼ਾਰ ਕੀਤਿਆਂ ਉਹ ਆਪ ਹੀ ਕੋਈ ਜਗਾੜਬਾਜ਼ੀ ਕਰਕੇ ਇਹਨਾਂ ਦਾ ਕੰਮ ਕਰੀ ਜਾਣ। ਜਿਵੇਂ ਇਹ ਖੁੱਲੇ ਲੰਗਰ ਉੱਥੇ ਲਾ ਕੇ ਰੱਖੇ, ਕਿਸੇ ਨੂੰ ਇਹ ਥੋੜੀ ਕਿਹਾ ਕਿ ਤੂੰ ਕਿੱਥੋਂ ਆਇਆ, ਤੂੰ ਗਰੀਬ ਆ ਕਿ ਤਕੜਾ। ਕਈ ਤੇ ਮਤਲਬ ਜ਼ਿਆਦਾ ਵੀ ਇੱਕ ਕੰਬਲ ਦੀ ਲੋੜ ਸੀ, 3-4 ਵੀ ਲੈ ਜਾਂਦੇ, ਲੈ ਜਾਓ ਭਾਈ ਕੋਈ ਗੱਲ ਨੀ, ਰੱਬ ਦਾ ਦਿੱਤਾ ਬਹੁਤ ਆ ਕੰਬਲ ਜਦੋਂ ਸਿਆਲ ਆਇਆ ਸੀ। ਇਹ ਕੰਮ ਇਸੇ ਮਨ ਦੇ ਨਾਲ ਹੈ, ਖੁੱਲੇ ਮਨ ਨਾਲ ਹੈ। ਮੈਂ ਤੇ ਕਹਾਂਗਾ ਇਹਨਾਂ ਦਾ ਸੋਸ਼ਲ ਮੀਡੀਆ ਹਾਰਡ ਮੀਡੀਆ ਘੱਟ ਹੋਊਗਾ, ਕਰਦੇ ਆ ਅੱਜ ਹੀ ਸਾਡੀ ਗੱਲਬਾਤ ਹੋਈ ਆ, ਕੁਛ ਉਹ ਵੀ ਕਰਾਂਗੇ। ਪਰ ਜਿੰਨਾ ਕੁ ਤਿੜ ਫੁੱਲ ਸਰ, ਸਾਡੇ ਤੇ ਬੰਦਿਆਂ ਨੂੰ ਅਜੇ ਇਹ ਵੀ ਨੀ ਗਾ ਕਿ ਬੈਂਕ ਦਾ ਅਕਾਊਂਟ ਹੀ ਖੁਲਾ ਦੇ ਜਿੱਥੇ ਕੋਈ 4 ਪੈਸੇ ਪਾ ਦੇ, ਉਂਝ ਹੀ ਤੁਰੇ ਫਿਰਦੇ ਆ ਜਿਸ ਤਰ੍ਹਾਂ ਮਤਲਬ ਠੀਕ ਹੈ ਜਿਵੇਂ ਪਹਿਲਾਂ ਹੋਊਗਾ। ਟਾਈਮ ਲੱਗ ਜਾਂਦਾ ਥੋੜਾ ਜਿਹਾ, ਅਸੀਂ ਉਸ ਹਿਸਾਬ ਨਾਲ ਇਹ ਜ਼ਰੂਰ ਮੈਂ ਦੇਖ ਰਿਹਾ ਕਿ ਡਿਸਔਰਗੇਨਾਈਜ਼ ਹੁੰਦਾ, ਪਰ ਜਿਵੇਂ ਕਹਿੰਦੇ ਨਾ ਰੱਬ ਦੇ ਘਰ ਦੇਰ ਆ ਅੰਧੇਰ ਹੈ ਨਾ, ਅੰਧੇਰ ਨਹੀਂ, ਉਹੋ ਹੀ ਇਸ ਮੂਵਮੈਂਟ ਕੋਲ ਥੋੜੀ ਦੇਰ ਜ਼ਰੂਰ ਹੈਗੀ ਆ। ਤੁਸੀਂ ਦੇਖਿਓ ਜਦੋਂ ਹਲਿਆ ਹਲਿਆ ਲਾਲਾ ਲਾਲਾ ਕਰਕੇ ਉੱਠ ਪਏ ਤਾਂ ਫਿਰ ਲੋਕਾਂ ਨੇ ਹੱਥੋਂ ਹੱਥੀ ਬਥੇਰਾ ਕੰਮ ਆਪ ਹੀ ਚੱਕ ਲੈਣਾ। ਪ੍ਰਚਾਰ ਉਹਨਾਂ ਦਾ ਪਹਿਲਾਂ ਹੀ ਹੋਇਆ ਤੇ ਉਹ ਜਿਹਨਾਂ ਦਾ ਪ੍ਰਚਾਰ ਹੋਇਆ ਉਹਨੂੰ ਕੋਈ ਬਹੁਤਾ ਬਦਲ ਨਹੀਂ ਸਕਦਾ। ਪਰ ਮੈਂ ਤੁਹਾਡੀ ਇਸ ਗੱਲ ਨਾਲ ਜ਼ਰੂਰ ਸਹਿਮਤ ਹਾਂ ਕਿ ਚੋਣਾਂ ਇੱਕ ਪਰਸੈਪਸ਼ਨ ਦੀ ਲੜਾਈ ਵੀ ਹੁੰਦੀ ਹੈ ਕਿ ਲੋਕਾਂ ਨੂੰ ਕੀ ਲੱਗਦਾ, ਉਹ ਲੱਗਣ ਲਗਾਉਣ ਲਈ ਥੋੜਾ ਸਾਨੂੰ ਹੋਰ ਹਿੰਮਤ ਕਰਨੀ ਚਾਹੀਦੀ ਹੈ।
ਬਿਲਕੁਲ ਮੈਂ ਇਹ ਪੁੱਛਦਾ ਸੀ ਕਿ ਅਗਲੀਆਂ ਤਿਆਰੀਆਂ ਮਤਲਬ ਕਿ ਹੁਣ ਕੁਝ ਨਵਾਂ ਅੱਗੇ ਆ ਰਿਹਾ ਕਿਸ ਤਰ੍ਹਾਂ ਦਾ ਉਮੀਦਵਾਰ ਕਿਉਂਕਿ 40 ਉਮੀਦਵਾਰ ਐਲਾਨੇ ਨੇ ਹੁਣ ਤੱਕ 117 ਸੀਟਾਂ ਨੇ ਪੰਜਾਬ ਦੀਆਂ ਤੇ ਬਾਕੀ ਲੋਕਾਂ ਨੂੰ ਵੀ ਬੜੀ ਹੈ ਲੋਕ ਕਈ ਇਹੋ ਜਿਹੇ ਵੀ ਨੇ ਮੈਂ ਪੜ੍ਹਦਾ ਹੁੰਦਾ ਕਮੈਂਟ ਤੋਂ ਥੱਲੇ ਕਰ ਦਿੰਦੇ ਕਿ ਜੀ ਇਹ ਨਾ ਹੋਵੇ ਕਿਤੇ ਕਿਸਾਨਾਂ ਨੂੰ ਫੂਕ ਛਕਾ ਕੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿਓ ਨਹੀਂ ਦੇਖੋ ਫੂਕ ਛਕਣ ਵਾਲੀ ਵੀ ਨਹੀਂ ਗੱਲ ਹੈ ਕੋਈ ਸਾਨੂੰ ਡਰ ਵੀ ਨਹੀਂ ਕਿਸੇ ਗੱਲ ਦਾ ਹੈਗਾ ਅੱਜ 17 ਸੀਟਾਂ ਹੋਰ ਅਨਾਊਂਸ ਕੀਤੀਆਂ ਮੈਨੂੰ ਲੱਗਦਾ 3-4 ਦਿਨ ਦੇ ਵਿੱਚ ਤਕਰੀਬਨ ਸਾਡੀਆਂ ਸਾਰੀਆਂ ਸੀਟਾਂ ਅਨਾਊਂਸ ਹੋ ਜਾਣੀਆਂ ਹੁਣ ਸਾਡੀ ਦੁਬਿਧਾ ਇਹ ਹੁੰਦੀ ਹੈ ਮੈਂ ਇਸ ਕੰਮ 'ਚ ਇਨਵੋਲਵ ਕਰਕੇ ਸਕਰੀਨਿੰਗ ਕਮੇਟੀ 'ਚ ਮੈਂ ਦੇਖ ਰਿਹਾ ਸਾਨੂੰ ਉਹਨਾਂ ਨੇ ਮਦਦ ਲਈ ਆ ਵੀ ਤੁਸੀਂ ਥੋੜ੍ਹਾ ਜਿਹਾ ਪੜ੍ਹੇ ਲਿਖੇ ਆ ਫਟਾਫਟ ਫਾਈਲਾਂ ਹੋਰ ਪੜ੍ਹ ਕੇ ਟੇਬਲ ਬਣਾਓ ਆਹ ਕਰੋ ਆਹ ਕਰੋ ਸਾਰਾ ਅਸੀਂ ਉਹਨਾਂ ਦੀ ਮਦਦ ਕਰਨ 'ਚ ਲੱਗੇ ਹਾਂ ਅਤੇ ਮੈਂ ਦੇਖਦਾ ਹਾਂ ਹੁਣ ਸਵਾਲ ਇਹ ਕਿ ਜਿਹੜਾ ਬਹੁਤ ਇਮਾਨਦਾਰ ਚੰਗਾ ਬੰਦਾ ਬੀਬਾ ਬੰਦਾ ਹੈਗਾ ਆ ਜਿਹੜਾ ਸਾਰੀ ਉਮਰ ਜਦੋਂ ਜਹਿਦ ਕਰਦਾ ਉਹ ਦੂਸਰਿਆਂ ਲਈ ਆਪਣੀ ਜ਼ਿੰਦਗੀ ਨੂੰ ਸੈਕਰੀਫਾਈਸ ਕਰ ਰਿਹਾ ਉਹਦੇ ਕੋਲ ਰੱਬ ਪੈਸਾ ਨਹੀਂ ਭੇਜਦਾ ਨਾ ਪ੍ਰੋਪਰਟੀ ਭੇਜਦਾ ਉਹਦੇ ਕੋਲ ਟੁੱਟਾ ਸਾਈਕਲ ਹੁੰਦਾ ਉਹਦੇ ਕੋਲ ਤੇ ਗੱਡੀ ਹੈ ਹੀ ਨਹੀਂ ਟਰੈਕਟਰ ਦਾ ਤੇ ਸਵਾਲ ਹੀ ਨਹੀਂ ਹੈਗਾ ਹੁਣ ਪਰ ਦੂਜੇ ਪਾਸੇ ਜਿਹੜੇ ਬੰਦੇ ਖਾਂਦੇ ਪੀਂਦੇ ਪੁੱਜਦੇ ਆ ਜਿਹਨਾਂ ਕੋਲ 4 ਪੈਸੇ ਵੀ ਹੈਗੇ ਆ ਜਾਂ 4 ਸਿਆੜ ਜ਼ਮੀਨ ਵੀ ਹੈਗੀ ਆ ਉਹ ਵੈਸੇ ਕਮਿਟਡ ਨਹੀਂ ਹੈ ਇਮਾਨਦਾਰ ਹੋਣ ਉਹ ਤੇ ਕਹਿੰਦੇ ਜੇ ਮੇਰੇ ਕੋਲ 5 ਹੈ ਤੇ ਮੈਂ 10 ਏਕੜ ਕਰ ਲਾਂ ਜਿਹਦੇ ਕੋਲ 50 ਹੋਵੇ ਤਾਂ ਮੈਂ 100 ਏਕੜ ਕਰ ਲਾਂ ਉੱਥੇ ਫਿਰ ਸਾਨੂੰ ਉਹ ਬੰਦਾ ਚੋਣ ਤੇ ਜਿੱਤ ਸਕਦਾ ਜਿਸ ਕਿਸਮ ਦਾ ਕੰਮ ਆ ਖਰਚਾ ਵੀ ਕਰ ਲਊਗਾ ਪਰ ਉਦੋਂ ਬਾਅਦ ਕੀ ਕਰੂਗਾ ਉਹਦੀ ਕੋਈ ਗਰੰਟੀ ਨਹੀਂ ਹੈਗੀ ਜਿੱਤਣ ਤੋਂ ਬਾਅਦ ਇਹ ਸਾਡੀ ਇਹ ਮੈਂ ਰੀਅਲ ਜਿਹੜੀ ਗਰਾਊਂਡ ਲੈਵਲ ਦੀਆਂ ਦਿੱਕਤਾਂ ਆ ਉਹਦੀ ਗੱਲ ਕਰ ਰਿਹਾ ਮੇਰਾ ਖਿਆਲ ਹੈ ਕਿ ਅਸੀਂ ਵੀ ਵਿੱਚ ਪੈ ਕੇ ਸਾਰੀਆਂ ਚੀਜ਼ਾਂ ਲਰਨ ਕਰ ਰਹੇ ਹਾਂ ਅਸੀਂ ਬਹੁਤ ਸਾਰੇ ਚੰਗੇ ਮੁੰਡੇ ਕੁੜੀਆਂ ਕੁਝ ਜਿਸ ਤਰ੍ਹਾਂ ਜਿੱਦਾਂ ਫਿਜ਼ੀਕਲੀ ਚੈਲੰਜ ਵੀ ਹੈ ਹੋਰ ਵੀ ਅਸੀਂ ਸੋਚ ਰਹੇ ਹਾਂ ਇਹੋ ਜਿਹੜੇ ਜਿਹੜੇ ਅਸਲ ਚ ਧਰਾਤਲ ਦੇ ਉੱਤੇ ਜੀਵਨ ਆਪਣਾ ਉਹਨਾਂ ਨੇ ਲੋਕਾਂ ਨੂੰ ਦਿੱਤਾ ਜਾਂ ਜਿੰਨੀ ਵੀ ਆ ਕੁਰਬਾਨੀ ਲੋਕਾਂ ਲਈ ਲੋਕ ਸੇਵਾ ਦੇ ਵਿੱਚ ਅਰਪਣ ਆ ਪੂਰੇ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਦੀ ਦਿੱਕਤ ਇਹ ਆ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਕਿਤੇ ਇਹ ਨਾ ਹੋਵੇ ਵੀ ਜ਼ਮਾਨਤਾਂ ਜ਼ਬਤ ਕਰਾਉਣ ਲਈ ਖੜੇ ਆ ਇਸ ਤਰ੍ਹਾਂ ਹੋ ਸਕਦਾ ਕਈ ਵਾਰੀ ਜੇ ਲੋਕ ਉਹਨਾਂ ਨੂੰ ਪੂਰਾ ਉਹਨਾਂ ਦੀ ਇਮਾਨਦਾਰੀ ਨੂੰ ਮਿਹਨਤ ਨੂੰ ਪੂਰਾ ਉਸ ਤਰੀਕੇ ਨਾਲ ਨਾ ਸਮਝਣ ਦੂਜੇ ਪਾਸੇ ਅਸੀਂ ਮਿਕਸ ਰੱਖ ਰਹੇ ਹਾਂ ਤਾਂ ਹੀ ਹੈ ਕਿ ਕੁਛ ਬੰਦੇ ਇਹ ਹੋਣ ਵੀ ਉਹ ਧੜੱਲੇ ਦੇ ਨਾਲ ਰੀਜ਼ਨੇਬਲੀ ਸਾਰਾ ਕੁਝ ਠੀਕ ਠਾਕ ਹੋਵੇ ਪਰ ਨਾਲ ਹੀ ਉਹ ਜਿਹੜਾ ਡਾਂਗ ਚੁੱਕ ਕੇ ਮੁਕਾਬਲੇ ਦੇ ਵਿੱਚ ਹੁਣ ਵੀ ਆਹ ਕਿਹੜਾ ਬਾਹਰ ਨਿਕਲਦਾ ਉਹ ਹੈ ਨਾ ਇਸ ਕਿਸਮ ਦਾ ਵੀ ਨਾਲ ਹੋਵੇ ਤੇ 4 ਪੈਸੇ ਹੋਣ ਜਿਹੜਾ ਦੂਜਿਆਂ ਨੂੰ ਅੱਗੇ ਦੜਾ ਸਕਣ ਆਪਣੇ ਵਿਰੋਧੀਆਂ ਇਹ ਸਾਰਾ ਮਿਕਸ ਜਿਹਾ ਬੈਗ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਤਰ੍ਹਾਂ ਦੀ ਨਹੀਂ ਗੱਲ ਹੈ ਕਿ ਜਿਹੜਾ ਇੰਜ ਹੋਊਗਾ ਕਿ ਇੰਜ ਹੀ ਹੋ ਜਾਊਗਾ ਵੀ ਇੰਜ ਨਾ ਹੋ ਜਾਏ ਕੁਛ ਨਹੀਂ ਇਹੋ ਜਿਹੀ ਡਰਨ ਵਾਲੀ ਗੱਲ ਨਹੀਂ ਮੈਂ ਇੱਕ ਗੱਲ ਜ਼ਰੂਰ ਚੇਤੇ ਕਰਾ ਦਾਂ ਕਿ 40 ਮੁਕਤੇ ਹੈ ਨਾ ਉਹਨਾਂ ਨੇ ਲੜਾਈ ਲੜੀ ਸੀਗੀ ਥੋੜ੍ਹੇ ਜਿਹੜੇ ਸਿਰ ਧੜ ਦੀ ਬਾਜ਼ੀ ਲਾਉਂਦੇ ਹੁੰਦੇ ਆ ਅਸੀਂ ਤੇ 117 ਲੱਭਣੇ ਆ 117 ਲੜਨ ਲੱਗਣਗੇ ਉਹ ਕਿੰਨਿਆਂ ਲੋਕਾਂ ਦਾ ਮੁਕਾਬਲਾ ਕਰ ਲੈਣਗੇ ਬਸ਼ਰਤੇ ਕਿ ਉਹ ਸਾਰੇ ਇਮਾਨਦਾਰ ਦਿਲੋਂ ਪੰਜਾਬ ਦੀ ਸੇਵਾ ਕਰਨ ਵਾਲੇ ਹੋਣ ਇਸ ਮਾਧਿਅਮ ਰਾਹੀਂ ਕਿਤੇ ਆਪਣੇ ਝੋਲੇ ਭਰਨ ਤੇ ਜੇਬਾਂ ਭਰਨ ਵਾਲੇ ਮਾਨਸਿਕਤਾ ਨਾਲ ਨਾ ਆਉਣ ਕੁਛ ਨਾ ਕੁਛ ਤੇ ਫਿਰ ਵੀ ਲੰਘ ਜਾਂਦੇ ਛਾਣਨੇ ਥਾਣੀ ਹੈ ਨਾ ਪੂਰਾ ਨਹੀਂ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਚੰਗੇ ਚੰਗੇ ਬੰਦੇ ਜਿਹੜੇ ਆ ਇਸ ਮੈਦਾਨ 'ਚ ਉਤਰਨ ਉਹ ਉਹਨਾਂ ਦੀ ਸ਼ਕਤੀ ਆਪਣੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਬਸ਼ਰਤੇ ਕਿ ਜਿਹੜੇ ਬੰਦੇ ਪੈਸੇ ਵਾਲੇ ਸਿਰਫ ਤੇ ਸਿਰਫ ਪੈਸੇ ਵਾਲੇ ਮੈਂ ਇਕੱਲਾ ਉਹ ਪੈਸੇ ਵਾਲਿਆਂ ਨੂੰ ਭੰਡ ਨਹੀਂ ਰਿਹਾ ਜਿਹੜੇ ਜਾਣੀ ਅੱਜ ਕਹਿ ਲਓ ਕਿ ਪੈਸੇ ਦੀ ਮਾਨਸਿਕਤਾ ਵਾਲੇ ਕਿ ਜਿਹੜਾ ਪੈਸੇ ਨੂੰ ਹੀ ਆਪਣਾ ਗੁਰੂ ਸਮਝਦੇ ਆ ਉਹਨਾਂ ਦੇ ਮੁਕਾਬਲੇ ਤੇ ਜਿਹੜਾ ਮੋਰਲੀ ਨੈਤਿਕ ਤੌਰ ਤੇ ਮਜ਼ਬੂਤ ਬੰਦਾ ਹੈ ਉਹਦੀ ਸ਼ਕਤੀ ਬਹੁਤ ਹੁੰਦੀ ਹੈ ਹਾਂਜੀ ਭਾਵੇਂ ਨੰਬਰ ਬਿਲਕੁਲ ਮਾਡਰਨ ਐਰਾ ਆ ਇਹਦੇ ਵਿੱਚ ਜ਼ਰੂਰੀ ਹੋ ਜਾਂਦਾ ਕਿ ਥੋੜਾ ਬਹੁਤਾ ਪੈਸਾ ਵੀ ਬੰਦੇ ਕੋਲ ਤਾਂ ਹੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਪਤਾ ਲੱਗੇਗਾ ਕਿ ਕੌਣ ਸਾਡਾ ਉਮੀਦਵਾਰ ਹੈ ਤੇ ਜਿਹੜੀ ਗੱਲ ਜ਼ਮਾਨਤਾ ਜ਼ਬਤ ਦੀ ਹੈ ਮੈਂ ਕਈ ਵਾਰੀ ਕਹਿ ਚੁੱਕਿਆ ਕਿ ਅਗਨੀ ਪ੍ਰੀਖਿਆ ਜਿਹੜੀ ਹੈ ਇਸ ਵੇਲੇ ਅਸਲ ਪ੍ਰੀਖਿਆ ਜਿਹੜੇ ਕਹਿੰਦੇ ਪੰਜਾਬ ਬਦਲਣਾ ਪੰਜਾਬ ਬਦਲੋ ਬਦਲਾਅ ਚਾਹੀਦਾ ਇਹ ਉਹਨਾਂ ਦੀ ਹੋਣੀ ਹੈ ਜੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਜਾਂ ਚੰਗੇ ਉਮੀਦਵਾਰ ਨਹੀਂ ਚੁਣੇ ਜਾਂਦੇ ਨਹੀਂ ਜਾਂਦੇ ਵਿਧਾਨ ਸਭਾ 'ਚ ਤੁਹਾਡੀ ਆਵਾਜ਼ ਨਹੀਂ ਬਣਨਗੇ ਤੇ ਫਿਰ ਤੁਹਾਨੂੰ ਵੀ ਪਤਾ ਲੱਗ ਜਾਏਗਾ ਗਾਹ ਫਿਰ 5 ਸਾਲ ਡਾਂਗਾ ਖਾਣ ਲਈ ਤਿਆਰ ਰਹੋ ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ ਉਹ ਇਹ ਕਿ ਲੋਕਾਂ ਤੋਂ ਜਾ ਕੇ ਜਦੋਂ ਮੈਂ ਪੁੱਛਦਾ ਕਿ ਤੁਹਾਨੂੰ ਕਿੱਦਾਂ ਦਾ ਬੰਦਾ ਚਾਹੀਦਾ ਕਹਿੰਦੇ ਚੰਗਾ ਹੋਵੇ ਇਮਾਨਦਾਰ ਹੋਵੇ ਪਰ ਇਹੋ ਜਿਹਾ ਵੀ ਨਾ ਹੋਵੇ ਵੀ ਜੇ ਸਾਨੂੰ ਥਾਣੇ ਦੇ ਵਿੱਚ ਜੇ ਕਿਤੇ ਜਾਣਾ ਪੈ ਜਾਏ ਕਿਤੇ ਥਾਣੇ ਕਚਹਿਰੀ ਦੇ ਵਿੱਚ ਤੇ ਸਾਡੇ ਉੱਤੇ ਜਿਵੇਂ ਹੁੰਦਾ ਨਾ ਕਿ ਫੋਨ ਆ ਗਿਆ ਜੀ ਮੰਤਰੀ ਸਾਹਿਬ ਦਾ MLA ਸਾਹਿਬ ਦਾ ਫੋਨ ਆ ਗਿਆ ਜੀ ਛੱਡ ਦਿਓ ਬੰਦਾ ਭਾਵੇਂ ਬੰਦਾ ਦੋਸ਼ੀ ਹੋਵੇ ਉਹ ਕਹਿੰਦੇ ਇਹੋ ਜਿਹੇ ਕੰਮ ਵੀ ਸਾਨੂੰ ਚਾਹੀਦੇ ਨੇ ਇਹ ਨਾ ਹੋਵੇ ਕਿਤੇ ਢਿੱਲਾ ਮੱਠਾ ਹੋਵੇ
ਤੇ ਮੁੜ ਕੇ ਉਹਦੀ ਅੱਗੇ ਚੱਲੇ ਨਾ ਲੋਕ ਦੇਖੋ ਦੋਨੋਂ ਪਾਸੇ ਲੋਕ ਰੱਖਦੇ ਨੇ ਚੰਗਾ ਵੀ ਹੋਵੇ ਤੇ ਇੱਕ ਤਰ੍ਹਾਂ ਦਾ ਗੁੰਡਾ ਟਾਈਪ ਵੀ ਹੋਵੇ ਕਿ ਚੱਲਣੀ ਚਾਹੀਦੀ ਹੈ ਦੇਖੋ ਇਹ ਉਹਨਾਂ ਦੀ ਦੁਬਿਧਾ ਜ਼ਰੂਰ ਹੈਗੀ ਆ ਉਹ ਚਾਹੁੰਦੇ ਆ ਆਮ ਬੰਦੇ ਦੀ ਮੰਗ ਹੁੰਦੀ ਹੈ ਕਿ ਕਾਨੂੰਨ ਦਾ ਰਾਜ ਹੋਵੇ ਪਰ ਜੇ ਕਾਨੂੰਨ ਉਹਨਾਂ ਨੂੰ ਫੜੇ ਤੇ ਫਿਰ ਕਾਨੂੰਨ ਤੋੜਨ ਵਾਲਾ ਵੀ ਹੋਵੇ ਨਾਲ ਨਾਲ ਤੁਰੰਤ ਕਾਨੂੰਨ ਤੋੜ ਕੇ ਉਹਨਾਂ ਨੂੰ ਬਚਾਉਂਦਾ ਹੋਵੇ ਇਹ ਤੁਹਾਡੀ ਗੱਲ ਠੀਕ ਹੈ ਇਹ ਇੰਝ ਹੀ ਚੱਲਦੀ ਰਹਿਣੀ ਹੈ ਸੁਖਵਿੰਦਰ ਇਹ ਤੇ ਸਾਰਿਆਂ ਇਨਸਾਨਾਂ ਦੀ ਹੈ ਭਾਈ ਬੰਦਾ ਬਲਵਾਨ ਹੋਏ ਬੰਦਾ ਕੁਰਬਾਨੀ ਵਾਲਾ ਹੋਵੇ ਪਰ ਮੇਰਾ ਮੁੰਡਾ ਆਈਐਸ ਬਣੇ ਗੁਆਂਢੀਆਂ ਦਾ ਮੁੰਡਾ ਜਿਹੜਾ ਉਹ ਕੁਰਬਾਨੀ ਕਰੇ ਫਾਂਸੀ ਲਵੇ ਤੇ ਉਹਨੂੰ ਉਹਦਾ ਫਾਇਦਾ ਉਹਦੇ ਘਰ ਚ ਆ ਜਾਵੇ ਉਹਨਾਂ ਦੇ ਘਰ ਚ ਭਾਵੇਂ ਕੋਈ ਜਿਹੜਾ ਚੁੱਲ੍ਹਾ ਬੋਝੀ ਜਾਏ ਇਸ ਕਿਸਮ ਦੀਆਂ ਇਹ ਸਾਡੀ ਹਿਊਮਨ ਟੈਂਡੈਂਸੀ ਦੀ ਗੱਲ ਹੈਗੀ ਪਰ ਇਹ ਲੈਵਲ ਹੈ ਇਹ ਟਾਈਮ ਦੇ ਨਾਲ ਬੰਦੇ ਮੇਰਾ ਖਿਆਲ ਸਾਰੇ ਸਿਆਣੇ ਵੀ ਹੁੰਦੇ ਆ ਇਹੋ ਜਿਹੀ ਗੱਲ ਨਹੀਂ ਜਦੋਂ ਉਹ ਆਪ ਸਸ਼ਕਤ ਹੋ ਜਾਣਗੇ ਦੇਖੋ ਇਹ ਕਿਉਂ ਇੰਝ ਕਰਦੇ ਬੰਦੇ ਉਹ ਵਲਨਰੇਬਲ ਮਤਲਬ ਉਹ ਕਮਜ਼ੋਰ ਹੈ ਉਹ ਹਮੇਸ਼ਾ ਸਿਸਟਮ ਦੀ ਮਾਰ ਥੱਲੇ ਰਹਿੰਦੇ ਆ ਔਰ ਉਹਨਾਂ ਨੂੰ ਨਾ ਤੇ ਕਾਨੂੰਨ ਦਾ ਪਤਾ ਹੁੰਦਾ ਉਹ ਡਰੇ ਰਹਿੰਦੇ ਆ ਕਿ ਇੱਕ ਮਾੜਾ ਜਿਹਾ ਛਪਾਈ ਵੀ ਆ ਕੇ ਉਹਨਾਂ ਦੇ ਚਾਰ ਡੰਡੇ ਮਾਰ ਕੇ ਚਾਰ ਪੈਸੇ ਝਾੜ ਕੇ ਲੈ ਜਾਂਦਾ ਕਿਉਂਕਿ ਉਹਨਾਂ ਨੂੰ ਕਾਨੂੰਨ ਨਹੀਂ ਉਹ ਕਾਨੂੰਨ ਦਾ ਡਰ ਦਾ ਜਿਹੜਾ ਨਾ ਇਹੋ ਜਿਹਾ ਜਕੜ ਮਾਰਦੇ ਆ ਕਿ ਮਾੜਾ ਬੰਦਾ ਕਹਿੰਦਾ ਯਾਰ ਇਹਨਾਂ ਤੋਂ ਬਚੋ ਇਹਦੇ ਨਾਲ ਤਾਂ ਚੰਗਾ ਯਾਰ ਘਰ ਚ ਹਨਾ ਹੋਰ ਵੀ ਕੋਈ ਕਿਸੇ ਕਿਸਮ ਦਾ ਵੀ ਸਾਨੂੰ ਦੁਸ਼ਾਵਰੀ ਕੋਈ ਮੁਸੀਬਤ ਝੱਲਣੀ ਪਏ ਪਰ ਇਹਨਾਂ ਤੋਂ ਆਹ ਜਿਹੜੇ ਆ ਹੁੰਦੇ ਆ ਇਹਨਾਂ ਤੋਂ ਬਚਣ ਦੀ ਲੋੜ ਹੈਗੀ ਤਾਂ ਇਹ ਕੁਦਰਤੀ ਹੈ ਜਦੋਂ ਉਹ ਬੰਦੇ ਸਿਆਣੇ ਹੋ ਜਾਂਦੇ ਆ ਕਾਨੂੰਨ ਦੇ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਚਾਰ ਕੁ ਪੈਸੇ ਜੇਬ 'ਚ ਵੀ ਆ ਜਾਣ ਕਿਉਂਕਿ ਫਿਰ ਇੰਨਾ ਕੁ ਸਾਹ ਵੀ ਤੇ ਆਉਂਦਾ ਹੋਵੇ ਨਾ ਸਾਰਾ ਕੁਝ ਇਕੱਲਾ ਉਹ ਨਹੀਂ ਹੈਗਾ ਉਹ ਫਿਰ ਬੰਦੇ ਇਹਨਾਂ ਗੱਲਾਂ ਦਾ ਨਹੀਂ ਲੋਕ ਕਹਿੰਦੇ ਆਏ ਸਹੀ ਮੈਂ ਦੇਖ ਲਾਂਗੇ ਵੜ ਕੇ ਦੱਸੇ ਇਹੋ ਜਿਹੇ ਵੀ ਤੇ ਮੈਂ ਬੰਦੇ ਦੇਖੇ ਪਿੰਡ 'ਚ ਆ ਕੇ ਦੇਖੇ ਪੁਲਿਸ ਵੜ ਕੇ ਦੇਖੇ ਜਨਾਨੀਆਂ ਮੈਂ ਦੇਖਿਆ ਆਦਿਵਾਸੀਆਂ 'ਚ ਦੇਖਿਆ ਉਹ ਨਿਆਣਿਆਂ ਤੱਕ ਗਹਿਣ ਜਦੋਂ ਕਾਇਮ ਹੋ ਜਾਂਦੇ ਨਾ ਲੋਕ ਫਿਰ ਨਹੀਂ ਕਿਸੇ ਦੀ ਉਹ ਮਾਰ ਚੱਲਦੇ ਹੈਗੇ ਉਸ ਪਾਸੇ ਸਾਨੂੰ ਸਮਾਜ ਨੂੰ ਥੋੜਾ ਸਸ਼ਕਤ ਕਰਨ ਦੀ ਲੋੜ ਹੈਗੀ ਸਾਡਾ ਸਮਾਜ ਹੈ ਰਾਜਨੀਤਿਕ ਲੋਕ ਉਹਨੂੰ ਘੁਣ ਵਾਂਗੂ ਖਾ ਕੇ ਆ ਧੜੇਬੰਦੀ ਉਹਨੂੰ ਕਰ ਉਹਨੂੰ ਕਰ ਥੱਲੇ ਤੱਕ ਜਿਹਨੂੰ ਸਟੇਟ ਕਹਿੰਦੇ ਆ ਨਾ ਗਵਰਨੈਂਸ ਕਹਿੰਦੇ ਸਟੇਟ ਉਹ ਥੱਲੇ ਤੱਕ ਲੋਕਾਂ ਤੱਕ ਘਰੋ ਘਰੀ ਉਹਨਾਂ ਨੇ ਆਪਣੀ ਜਕੜ ਬਣਾਈ ਜਿਵੇਂ ਕੈਂਸਰ ਥੱਲੇ ਤੱਕ ਜੜ ਮਾਰ ਜਾਂਦਾ ਇਹ ਥੱਲੇ ਤੱਕ ਜੜ ਘਰੋ ਘਰੀ ਮਾਰ ਗਏ ਹੋਏ ਆ ਉਸਨੂੰ ਕੱਟ ਕੇ ਆਪਰੇਸ਼ਨ ਕਰਕੇ ਫਿਰ ਲੋਕਾਂ ਨੂੰ ਜੋੜਨਾ ਜਦੋਂ ਲੋਕ ਜੁੜ ਜਾਂਦੇ ਆ ਤੇ ਫਿਰ ਇਹ ਬਾਹਰ ਹੁੰਦੇ ਆ ਤੇ ਲੋਕ ਚੌੜੇ ਹੋ ਕੇ ਇਉਂ ਖੜੇ ਹੁੰਦੇ ਉਹ ਸਿਸਟਮ ਬਣਾਉਣਾ ਪਊਗਾ ਟਾਈਮ ਜ਼ਰੂਰ ਲੱਗਦਾ ਸਾਡੇ ਦਿਮਾਗ 'ਚ ਨਕਸ਼ੇ ਤੇ ਹੈਗੇ ਆ ਕਿੱਦਾਂ ਕਰਦੇ ਆ ਦੇਖਦੇ ਹਾਂ SSM 'ਚ ਲੱਗੇ ਹਾਂ ਕੁਛ ਇਹਨਾਂ ਰਾਹੀਂ ਸਾਡਾ ਏਜੰਡਾ ਅੱਗੇ ਚੱਲੇ ਪੰਜਾਬ ਦਾ ਏਜੰਡਾ ਅੱਗੇ ਚੱਲੇ ਜਾਂ ਇਸ ਸੋਚ ਦਾ ਏਜੰਡਾ ਅੱਗੇ ਚੱਲੇ ਅਸੀਂ ਤੇ ਮਤਲਬ ਪਿੱਛੇ ਵੀ ਇੰਜ ਹੀ ਰਹੇ ਹਾਂ ਗਾਂਹ ਵੀ ਇੰਜ ਲੱਗੇ ਰਹਾਂਗੇ ਪਰ ਇਹ ਗੱਲ ਤੁਹਾਡਾ ਜਿਹੜਾ ਮਸਲਾ ਆ ਉਹ ਬਿਲਕੁਲ ਬਹੁਤ ਵੱਡਾ ਅਸੀਂ ਵੀ ਜਦੋਂ ਜਾਂਦੇ ਪਿੰਡਾਂ 'ਚ ਤੁਹਾਨੂੰ ਦੱਸੀਏ ਉਹ ਕਹਿੰਦੇ ਤੁਸੀਂ ਗੱਲਾਂ ਬੜੀਆਂ ਚੰਗੀਆਂ ਕਹਿੰਦੇ ਆ ਕਰਦੇ ਆ ਬੰਦੇ ਵੀ ਬਹੁਤ ਚੰਗੇ ਆ ਪਰ ਜਿੱਦਣ ਸਾਡੇ ਤੇ ਕੇਸ ਬਣਾਇਆ ਪ੍ਰੋਫੈਸਰ ਸਾਹਿਬ ਉਦਣ ਸਾਨੂੰ ਕੌਣ ਛਡਾਊਗਾ ਇਹ ਮਾਰ ਰਿਹਾ ਨਾ ਝੂਠੀ ਜਾਣੀ ਉਹਨਾਂ ਦੇ ਉੱਤੇ ਦਬਦਬਾ ਸਟੇਟ ਦਾ ਥਾਣੇਦਾਰਾਂ ਦਾ ਖਾਸ ਕਰਕੇ ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਦਾ ਧੜੇਬੰਦੀਆਂ ਦਾ ਗੁੰਡਿਆਂ ਦਾ ਗੈਂਗਸਟਰਾਂ ਦਾ ਇਹ ਬਹੁਤ ਜ਼ਿਆਦਾ ਦਬਾਅ ਹੈ ਸ਼ਰੇਆਮ ਜਿਹੜੀ ਰੇਤਾ ਚੁੱਕਦੇ ਹੋ ਤੁਸੀਂ ਜਾ ਕੇ ਕੁਛ ਨਹੀਂ ਕਰ ਸਕਦੇ ਕਿਉਂਕਿ ਸ਼ਾਮ ਨੂੰ ਉਹਨਾਂ ਨੇ ਪੁਲਿਸ ਦੇ ਤੁਹਾਡੇ ਫੁੱਟਮਾਰ ਕਰਾ ਦੇਣੀ ਜਿਵੇਂ ਚੰਨੀ ਦੇ ED ਪੈ ਰਹੀ ਹੈ ਸੈਂਟਰ ਦੀ ਉਹਨਾਂ ਦੇ ਘਰ 'ਚ ਵੀ ਪੁਲਿਸ ਪਹੁੰਚ ਜਾਂਦੀ ਹੈ ਗਾਂਹ ਤੋਂ ਗਾਂਹ ਰਿਲੇ ਰੇਸ ਵਾਲਾ ਡੰਡਾ ਜਿਹੜਾ ਨਾ ਉਹ ਚੱਲਿਆ ਹੀ ਰਹਿੰਦਾ ਇਹ ਹੈਗਾ ਮੁਸ਼ਕਲ ਕੰਮ ਆ ਪਰ ਲੋਕ ਜੇ ਸਿਆਣੇ ਹੋ ਜਾਣ ਤੇ ਇਕੱਠੇ ਹੋ ਜਾਣ ਇਹਨਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਬਿਲਕੁਲ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਮੇਰੇ ਨਾਲ ਮੌਜੂਦ ਸਨ ਉਹ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਇਹ ਹੁਣ ਲੋਕਾਂ ਨੇ ਤੈਅ ਕਰਨਾ ਚੋਣਾਂ ਸਿਰ ਦੇ ਉੱਤੇ ਨੇ ਰਹਿ ਗਏ ਥੋੜੇ ਇੱਕ ਦਿਨ ਉਸ ਤੋਂ ਬਾਅਦ ਪਤਾ ਲੱਗ ਜਾਣਾ ਕਿਤੇ ਕਿਉਂਕਿ ਜਿਹੜਾ ਪਿੰਡਾਂ ਦੇ ਵਿੱਚ ਇੱਕ ਪਾੜਾ ਹੁੰਦਾ ਨਾ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਚਾਲੇ ਵਾਲਾ ਉਹ ਵੀ ਦੂਰ ਕਰਨਾ ਪੈਣਾ ਤੇ ਦੂਜੀ ਗੱਲ ਜਿਹੜੀ ਲੈ ਲਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਜੇ ਇੱਦਾਂ ਦੀਆਂ ਗੱਲਾਂ ਕਰਨੀਆਂ ਫਿਰ ਬਦਲਾਅ ਦੀ ਉਮੀਦ ਤੁਸੀਂ ਆਪਣੇ ਤੋਂ ਘੱਟ ਹੀ ਕਰੋ ਪੰਜਾਬ ਉਵੇਂ ਹੀ ਚੱਲੀ ਜਾਊਗਾ ਤੇ ਤੁਸੀਂ ਵੀ ਫਿਰ ਉੱਦਾਂ ਹੀ ਚੱਲੀ ਜਾਇਓ ਇਸ ਕਰਕੇ ਜ਼ਰੂਰੀ ਆ ਕਿ ਤੁਹਾਡੀ ਵੋਟ ਦੀ ਕੀਮਤ ਕੀ ਆ ਚੰਗੇ ਨੂੰ ਪਾਓਗੇ ਤਾਂ ਚੰਗੇ ਨਤੀਜੇ ਆਉਣਗੇ ਮਾੜੇ ਨੂੰ ਪਾਓਗੇ ਤਾਂ ਮਾੜੇ ਨਤੀਜੇ ਆਉਣਗੇ ਮੈਨੂੰ ਇਜਾਜ਼ਤ ਦਿਓ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਧੰਨਵਾਦ